सत श्री अकाल जी। देश प्रदेश लाइव दे विच सारे दा बहुत बहुत स्वागत। अज के खास प्रोग्राम विच असी अज फिर एक्सपर्ट नाल हाजिर हैं जी, जिहदे विच स्टूडेंट वीजा संबंधी गलबात करांगे। जिहड़े एक्सपर्ट मेरे नाल मौजूद ने, पहले उन्हां नाल मिला दईए तुहानू। उहने जी जसलीन प्लैनेट बुल्स तों स्वागत करदी। पहले जसलीन जी, बहुत स्वागत। धन्यवाद जी। सो अज कोशिश करांगे जी, जिहड़े बच्चे कैनेडा जाना चाहुंदे ने उहनां लई असी गलबात करांगे, ते खासकर आस्ट्रेलिया जाने वाले बच्चों लिए। इन्हां संबंधी कोई भी मन दे विच सवाल ने दोनों कंट्रीज़ बारे, स्टूडेंट वीज़ा बारे, तो प्लैनेट बुल्स नाल तुसीं सीधा भी राबता फोन कॉल जरिए भी कर सकते हो। कैनेडा दो पार्ट्स दे विच, कैटेगरी दे विच, सब क्लास दे विच कुछ भी कहीए वंडिया जाता, जिहदे विच आपां गल करते हैं एक SPP जिहड़ा स्टूडेंट पार्टनरशिप प्रोग्राम है, दूजा जनरल। हुण दोनों दे विच काफ़ी ऐसे ने बच्चे जिहड़े हाले तक फर्क नहीं समझ पाए, सो उन्हां लई अज खास शो दे विच दुबारा डिस्कशन करन दी कोशिश करांगे, ते उम्मीद करदे हां ओह प्रॉपरली समझ लैणगे। फिर भी कोई गल समझ नहीं आउंदी तां प्लैनेट बुल्स नाल फोन कॉल जरिए या इन्हां दे ऑफिस विजिट करके भी फ्री ऑफ कॉस्ट काउंसलिंग लै के जानकारी जिहड़ी उह सांझी कीती जा सकती है। की कहना जी, जे आपां डिफरेंस दी गल करिए SPP ते जनरल। जनरल दी असीं गल कर रहे हैं तो असीं कह सकते हैं कि इहदे विच इनटेक्स काफ़ी ज़्यादा है, बच्चों को जिहड़ी सीट्स हैं वो मिल सकदियां ने। दूजी गल, जिहड़ा सपटेंबर दी अगर असीं गल करते हैं जिहड़ा कि अपना SPP च इनटेक है, तो SPP दे विच इनटेक्स बहुत घट है, जिवें कि सपटेंबर इनटेक, फिर उस तो बाद जनवरी इनटेक, एंड दैन फिर मई इनटेक। तो जिहड़ा कि मेन इनटेक सपटेंबर सीगा वो निकल चुकिया, तो हुण स्टूडेंट अपना अगर SPP दे विच अपलाई करना चाहते हैं तो वह जनवरी इनटेक लिए अपलाई कर सकते हैं। नाल ही जिहड़ी जनरल कैटेगरी की असीं गल कर रहे हैं, तो जनरल दे विच ਤੁਹਾਡੇ ਕੋਲ ਤੁਸੀਂ ਆਪਣਾ ਨਵੰਬਰ ਇਨਟੇਕ ਲਈ ਵੀ ਅਪਲਾਈ ਕਰ ਸਕਦੇ ਹੋ। ਤੇ ਸਟੂਡੈਂਟਸ ਨੂੰ ਮੈਂ ਇਹ ਕਹਾਂਗੀ, ਦੇਖੋ ਕੈਟੇਗਰੀਜ਼ ਬਾਰੇ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਕੈਟੇਗਰੀਜ਼ ਦੋਨੋਂ ਹੀ ਇੰਬੈਸੀ ਵੱਲੋਂ ਹੈ, ਕੈਟੇਗਰੀ ਦੋਨੋਂ ਦੀ ਫਾਈਲਸ ਜਾ ਰਹੀਆਂ ਨੇ, ਪਰ ਚਾਹੇ SPP ਹੈ ਚਾਹੇ ਨੋਨ SPP ਹੈ, ਦੋਨਾਂ ਦੀ ਫਾਈਲ ਅਗਰ ਟੈਕਨੀਕਲ ਤਰੀਕੇ ਨਾਲ ਬਣੀ ਹੋਈ ਹੈ ਤੁਹਾਡਾ ਵੀਜ਼ਾ ਜ਼ਰੂਰ ਆਏਗਾ। ਅਤੇ ਅਗਰ ਅਸੀਂ ਗੱਲ ਕਰੀਏ ਜਨਰਲ ਕੈਟੇਗਰੀ ਦੀ, ਇਸ ਟਾਈਮ ਤੁਸੀਂ ਜਨਰਲ ਕੈਟੇਗਰੀ ਦੇ ਵਿੱਚ 5.5 ਬੈਂਡਸ ਦੇ ਨਾਲ ਅਪਲਾਈ ਕਰ ਸਕਦੇ ਹੋ। ਜਿਹੜੇ ਹੁਣ ਤੁਸੀਂ ਗੱਲ ਕੀਤੀ ਇਨਟੇਕਸ ਦੀ ਵੀ, ਜਨਵਰੀ ਫਿਰ ਉਸ ਤੋਂ ਬਾਅਦ ਮਈ ਫਿਰ ਸਪਤੰਬਰ, ਤਿੰਨ ਇਨਟੇਕਸ ਆਉਂਦੇ ਨੇ ਸਾਲ ਦੇ ਵਿੱਚ SPP ਦੇ। ਸਪਤੰਬਰ ਹੁਣ ਆਲਮੋਸਟ ਖਤਮ ਹੀ ਹੋ ਗਿਆ, ਹੁਣ ਸਪਤੰਬਰ ਦੇ ਵਿੱਚ ਇੰਨੀ ਫਾਈਲਿੰਗਸ ਨਹੀਂ ਜਾਣੀਆਂ, ਕਿਉਂਕਿ ਇਹਦੇ ਵਿੱਚ ਇੱਕ ਹੁੰਦਾ ਵੀ ਜਦੋਂ ਸਪਤੰਬਰ ਇਨਟੇਕ ਦੇ ਵਿੱਚ ਬੱਚੇ ਜਿਨ੍ਹਾਂ ਨੇ ਫਾਈਲਿੰਗ ਕੀਤੀ ਹੈ, ਵੀਜ਼ਾਸ ਵੀ ਆ ਗਏ ਕਈਆਂ ਦੇ, 55-60-70% ਜਿਹੜਾ ਰਿਜ਼ਲਟ ਰਿਹਾ, 25-30% ਰਿਜੈਕਟ ਹੋਏ ਨੇ, ਉਹਦੇ ਵਿੱਚ ਕਾਰਨ ਕੁਛ ਵੀ ਰਹੇ ਹੋਣ, ਬਟ ਉਹਨਾਂ ਲਈ ਹੁਣ ਆਪਸ਼ਨਸ ਕੀ, ਸਿਰਫ ਜਨਰਲ ਰਹਿ ਜਾਏਗੀ ਜਾਂ ਦੁਬਾਰਾ SPP ਜਾ ਪਾਉਣਗੇ? ਦੇਖੋ, ਜਿਹੜੇ SPP ਤੋਂ ਰਿਜੈਕਟ ਹੋਏ ਨੇ ਬੱਚੇ, ਉਹਨਾਂ ਦੇ ਅਫਕੋਰਸ 6 ਬੈਂਡ ਹੈ, 6 ਬੈਂਡ ਤੋਂ ਘੱਟ ਨਹੀਂ ਹੋਣਗੇ, ਕਿਉਂਕਿ SPP ਦੇ ਵਿੱਚ 6 ਬੈਂਡ ਵਾਲਾ ਬੱਚਾ ਹੀ ਅਪਲਾਈ ਕਰਦਾ। ਅਤੇ ਅਗਰ ਉਹਨਾਂ ਦੀ ਰਿਫਿਊਜ਼ਲ ਆਈ ਹੈ ਤਾਂ ਉਹ ਜਨਰਲ ਕੈਟੇਗਰੀ ਵਿੱਚ ਆਪਣਾ ਕੇਸ ਲਾ ਸਕਦੇ ਨੇ, ਉਹਨਾਂ ਦਾ ਕੇਸ ਜਿਹੜਾ ਕਾਫ਼ੀ ਸਟਰੋਂਗ ਲੱਗੇਗਾ, ਕਿਉਂਕਿ ਦੇਖੋ ਬੈਂਡਸ ਵਧੀਆ ਨੇ। ਜਿਹੜਾ ਪਰ ਤੁਹਾਡਾ ਰਿਫਿਊਜ਼ਲ ਦਾ ਰੀਜ਼ਨ ਹੈ, ਰਿਫਿਊਜ਼ਲ ਲੈਟਰ ਜਿਹੜੀ ਤੁਹਾਡੀ ਹੈਗੀ ਆ, ਉਹ ਜ਼ਰੂਰ ਤੁਸੀਂ ਨਾਲ ਲੈ ਕੇ ਆਓ। ਰਿਫਿਊਜ਼ਲ ਲੈਟਰ ਵੇਖ ਕੇ ਅਸੀਂ ਦੱਸ ਸਕਦੇ ਤੁਸੀਂ ਦੁਬਾਰਾ ਆਪਣੀ ਫਾਈਲ ਜਦੋਂ ਲਾਉਣਾ ਤਾਂ ਕਿਹੜੀ ਗੱਲਾਂ ਧਿਆਨ ਰੱਖਣਾ, ਅਤੇ ਰਿਫਿਊਜ਼ਲ ਲੈਟਰ ਨਾਲ ਲੱਗੇਗੀ ਲੱਗੇਗੀ। ਅਤੇ ਦੂਜੀ ਗੱਲ, ਜਿਹੜੇ ਬੱਚਿਆਂ ਦੀ ਰਿਫਿਊਜ਼ਲ SPP ਦੇ ਅੰਡਰ ਆਈ ਹੈ ਇਸ ਟਾਈਮ 'ਤੇ, ਮੈਂ ਉਹਨਾਂ ਨੂੰ ਕਹਾਂਗੀ, ਦੇਖੋ ਤੁਹਾਡੇ ਕੋਲ ਇੱਕ ਮੌਕਾ ਹੈਗਾ ਦੁਬਾਰਾ ਜਨਰਲ ਕੈਟੇਗਰੀ ਵਿੱਚ ਆਪਣਾ SPP ਤੋਂ ਬਾਅਦ ਜਨਰਲ ਵਿੱਚ ਆਪਣਾ ਕੈਟੇਗਰੀ ਵਿੱਚ ਕੈਨੇਡਾ ਅਪਲਾਈ ਕਰਨ ਦਾ। ਇੱਕ ਗੋਲਡਨ ਓਪਰਚੁਨਿਟੀ ਹੈ ਵੀ ਤੁਹਾਡੇ ਲਈ, ਤੁਹਾਡੇ ਕੋਲ ਆਸ਼ਾ ਹੈਗੀ ਹੈ ਦੁਬਾਰਾ ਵੀਜ਼ਾ ਆਉਣ ਦੀ, ਕਿਉਂਕਿ ਸਾਡੇ ਕਾਫੀ ਬੱਚੇ ਨੇ ਜਿਹਨਾਂ ਦੀ ਰਿਫਿਊਜ਼ਲ ਆਈ ਸੀ, ਉਹਨਾਂ ਦੇ ਵੀਜ਼ਾਸ ਆਏ ਨੇ। ਤੇ ਬੱਚੇ ਆਪਣਾ ਸਟੂਡੈਂਟ ਜਿਹੜੇ ਹੈਗੇ ਨੇ ਉਹ ਆਪਣੀ ਰਿਫਿਊਜ਼ਲ ਲੈਟਰ ਨਾਲ ਲੈ ਕੇ ਆਣ, ਤੇ ਰਿਫਿਊਜ਼ਲ ਲੈਟਰ ਜਿਹੜੀ ਤੁਹਾਡੀ ਹੈਗੀ ਹੈ ਫਾਈਲ ਦੇ ਵਿੱਚ ਲੱਗੇਗੀ। ਫਾਈਲ ਦੇ ਵਿੱਚ ਇੱਕ ਡਾਕੂਮੈਂਟ ਹੈ ਜਿਹੜੇ ਕਿ ਅਸੀਂ ਕਹਿੰਦੇ ਆ ਸਟੇਟਮੈਂਟ ਆਫ ਪਰਪਸ SOP, ਉਹਦੇ ਨਾਲ ਜੋ ਤੁਹਾਡੀ ਰਿਫਿਊਜ਼ਲ ਲੈਟਰ ਲੱਗਦੀ ਹੈ, ਤੇ ਉਸ SOP ਦੇ ਵਿੱਚ ਇਹ ਡਿਟੇਲ ਵੀ ਲੱਗਦੀ, ਤੁਸੀਂ ਪਹਿਲਾਂ ਇਹ ਕੇਸ ਆਪਣਾ SPP ਕੈਟੇਗਰੀ ਵਿੱਚ ਅਪਲਾਈ ਕੀਤਾ ਸੀਗਾ, ਕਿਸ ਇਨਟੇਕ ਲਈ ਕੀਤਾ ਸੀਗਾ, ਰਿਫਿਊਜ਼ਲ ਦਾ ਕਾਰਨ ਕੀ ਰਿਹਾ, ਤੇ ਉਹ ਸਭ ਤੁਸੀਂ ਮੈਂਸ਼ਨ ਕਰਦੇ ਹੋ, ਤੇ ਉਸ ਦੇ ਨਾਲ ਤੁਹਾਡੀ ਇੱਕ SOP ਸਟਰੋਂਗ ਬਣਾਈ ਜਾਂਦੀ ਹੈ, ਜਿਹਦੇ ਵਿੱਚ ਅਸੀਂ ਜਿਹੜੇ ਕੰਸਲਟੈਂਟ ਤੁਹਾਡੀ ਹੈਲਪ ਕਰਦੇ ਹਾਂ ਕਿ ਤੁਸੀਂ SOP ਬਣਾਉਣੀ ਕਿਵੇਂ ਹੈ, ਕੀ ਕੀ ਡਿਟੇਲਸ ਲਿਖਣੀਆਂ, ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣਾ, ਤੇ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਜਿਹੜਾ ਹੈ ਆ ਸਕਦਾ। ਸਕਸੈਸ ਰੇਟ ਅਸੀਂ ਹਮੇਸ਼ਾ ਗੱਲ ਕਰਦੇ ਹਾਂ SPP ਦੀ ਵੀ, ਜਨਰਲ ਦੀ ਵੀ, ਜੇ ਗੱਲ ਕਰੀਏ ਜਿਹੜੇ ਰਿਜੈਕਸ਼ਨ ਕੇਸਿਸ ਦੁਆਰਾ ਰੀਅਪਲਾਈ ਹੁੰਦੇ ਨੇ, ਜਦੋਂ ਜਨਰਲ ਦੇ ਵਿੱਚ ਦੁਆਰਾ ਅਪਲਾਈ ਕੀਤੇ ਜਾਂਦੇ ਨੇ, ਉਹਨਾਂ ਦਾ ਸਕਸੈਸ ਰੇਟ ਕੀ ਰਹਿੰਦਾ? ਜਿਹੜੇ ਬੱਚੇ ਵੀ ਅਪਲਾਈ ਕਰਦੇ ਨੇ ਉਹਨਾਂ ਦੇ ਵੀਜ਼ਾ ਆ ਸਕਦੇ ਆ, ਅਗਰ ਰੀਜ਼ਨ ਹੋਏ ਕਿ ਕੋਰਸ ਤੁਹਾਡਾ ਮੈਚ ਨਹੀਂ ਕਰ ਰਿਹਾ ਸੀਗਾ, ਤੁਸੀਂ ਜਨਰਲ ਕੈਟੇਗਰੀ ਜਿਹੜਾ ਕੋਰਸ ਮੈਚ ਕਰ ਰਹੇ ਹੋ, ਲੈ ਕੇ ਉਸ ਕਾਰਨ ਨੂੰ ਜਿਹੜਾ ਕਲੀਅਰ ਕਰ ਸਕਦੇ ਹੋ ਦੁਬਾਰਾ। ਜੇ ਰੀਜ਼ਨ ਆਉਂਦਾ ਕਿ ਹਾਂਜੀ ਤੁਸੀਂ ਫੰਡ ਸਹੀ ਤਰੀਕੇ ਨਾਲ ਨਹੀਂ ਦਿਖਾਏ ਸੀਗੇ, ਤੇ ਇੱਕ ਜਨਰਲ ਕੈਟੇਗਰੀ ਵਿੱਚ ਜੋ ਰਿਕੁਆਇਰਮੈਂਟ ਮੰਗੀ ਆ ਉਹਦੇ ਅਕੋਰਡਿੰਗ ਫੰਡ ਦਿਖਾ ਕੇ ਤੁਹਾਡਾ ਵੀਜ਼ਾ ਆ ਸਕਦਾ, ਉਹਦੇ ਵਿੱਚ ਲਿਖਿਆ ਕਿ ਤੁਸੀਂ ਇੰਡੀਆ ਵਾਪਸ ਨਹੀਂ ਆਓਗੇ, ਤੁਸੀਂ ਆਪਣੇ ਕੇਪਸ ਨੋਟ ਕਢਵਾ ਕੇ ਦੁਬਾਰਾ ਆਪਣੀ ਫਾਈਲ ਜਿਵੇਂ ਕਿ ਲਾ ਸਕਦੇ ਹੋ।
वीजा आने के चांसिस है, मैं कहांगी तो सानू एक मौका जरूर लेना चाहिए, वीजा आ सकता थोड़ा, उस तो बाद तुसी अपना किसी होर कंट्री लिए सोच सकते हो। पर कैनेडा विच अगर थोड़ी रिफ्यूजल आई है, थोड़े को एक मौका है, तो तुसी जनरल कैटेगरी विच इस समय अप्लाई कर सकते हो। जेड़े स्टूडेंट्स दे आईलेट्स बैंड घट आए ने, 5.5 बैंड आए ने, उन्होंने मैं एक मैसेज होर देवांगी, 5.5 वाला बच्चा एसटीपी दे अंडर अप्लाई नहीं कर सकता, कितने भी गुमराह ना हो, कितने भी अपनी फाइल एसटीपी दे अंडर ना लवान, 5.5 नाल उन्हां दी रिफ्यूजल ही आएगी, 5.5 नाल तुसी जनरल कैटेगरी विच जरूर कैनेडा लिए अप्लाई कर सकते हो। ਜਦੋਂ ਰਿਜੈਕਸ਼ਨ ਕੇਸਿਸ ਦੀ ਗੱਲ ਕਰਦੇ ਹਾਂ, ਕਾਫੀ ਬੱਚੇ ਨੇ ਜਿਹੜੇ ਇਸ ਚੀਜ਼ ਨੂੰ ਲੈ ਕੇ ਨਿਰਾਸ਼ ਹੋ ਜਾਂਦੇ ਜੇ ਇੱਕ ਵਾਰੀ ਰਿਜੈਕਸ਼ਨ ਆ ਜਾਵੇ, ਉਹਦਾ ਰੀਜ਼ਨ ਕੋਈ ਵੀ ਰਿਹਾ ਹੋਵੇ, ਮਿਸ ਮੈਚ ਆਫ ਕੋਰਸ ਹੋ ਗਿਆ, ਜਾਂ ਬੱਚਾ ਪ੍ਰੋਪਰਲੀ ਆਪਣੇ ਕੋਰਸ ਬਾਰੇ ਜਾਂ ਏਜੰਟ ਬਾਰੇ ਸਟੱਡੀ ਨਹੀਂ ਕਰ ਪਾਇਆ, ਗਲਤ ਏਜੰਟ ਕੰਸਲਟੈਂਟ ਚੂਜ਼ ਹੋ ਗਿਆ, ਕੋਈ ਵੀ ਕਾਰਨ ਰਿਹਾ ਹੋਵੇ, ਪਰ ਉਹਦੇ ਲਈ ਇੱਕ ਜਨਰਲ ਦੇ ਵਿੱਚ ਰਸਤਾ ਜ਼ਰੂਰ ਬਚਦਾ, ਜਿਵੇਂ ਜਸਲੀਨ ਜੀ ਨੇ ਕਿਹਾ, ਜਨਰਲ 'ਚ ਅਪਲਾਈ ਕਰ ਸਕਦੇ ਨੇ, ਬਟ ਉਹਦੇ ਲਈ ਪ੍ਰੋਪਰਲੀ ਕੀ ਕੁਛ ਨੀਡ ਹੋਏਗੀ, ਉਹਦੇ ਰਿਜੈਕਸ਼ਨ ਲੈਟਰ ਬਹੁਤ ਜ਼ਿਆਦਾ ਜ਼ਰੂਰੀ ਹੈ, ਤੁਹਾਡੇ ਪਿੱਛੇ ਰਿਜੈਕਸ਼ਨ ਕਿਉਂ ਆਈ ਹੈ, ਅਕੈਡਮਿਕਸ ਬਹੁਤ ਜ਼ਰੂਰੀ ਹੋਣਗੇ, ਆਈਲਟਸ ਬੈਂਡ ਵੀ ਜ਼ਰੂਰੀ ਹੋਣਗੇ, ਬਟ ਇੱਕ ਚੰਗਾ ਇੰਸਟੀਟਿਊਟ ਦੁਆਰਾ ਸਿਲੈਕਟ ਕਰਨਾ ਉਸ ਤੋਂ ਵੀ ਜ਼ਰੂਰੀ ਹੋਏਗਾ। ਹੁਣ ਜਨਰਲ ਦੇ ਵਿੱਚ ਜਾਂ SPP ਦੇ ਵਿੱਚ ਇੰਸਟੀਟਿਊਟਸ ਨੂੰ ਲੈ ਕੇ ਵੀ ਕੋਈ ਕੈਟੇਗਰੀ ਵਾਈਜ਼ ਫਰਕ ਹੈ, ਜਾਂ ਦੋਨੋਂ ਦੇ ਵਿੱਚ ਗਵਰਨਮੈਂਟ ਅਤੇ ਆਥੋਰਾਈਜ਼ਡ ਜਿਹੜੇ ਹੈਗੇ ਨੇ? ਦੋਨੋਂ ਕੈਟੇਗਰੀ ਵਿੱਚ ਗਵਰਨਮੈਂਟ ਆਥੋਰਾਈਜ਼ਡ ਕਾਲਜਿਸ ਹੈਗੇ ਨੇ, ਗਵਰਨਮੈਂਟ ਆਥੋਰਾਈਜ਼ਡ ਕਾਲਜਿਸ ਹੈਗੇ ਨੇ, SPP ਦੀ ਇੱਕ ਅਲੱਗ ਲਿਸਟ ਹੈਗੀ ਹੈ ਕਾਲਜਿਸ ਦੀ, ਉਹ ਅਲੱਗ ਹੈਗੀ ਹੈ, ਅਤੇ ਜਨਰਲ ਦੀ ਜਿਹੜੀ ਲਿਸਟ ਹੈਗੀ ਹੈ ਅਲੱਗ ਹੈ, ਪਰ ਦੋਨੋਂ ਹੀ ਗਵਰਨਮੈਂਟ ਰਿਕੋਗਨਾਈਜ਼ਡ ਕਾਲਜਿਸ ਹੈਗੇ ਨੇ, ਕੁਛ ਕਾਲਜਿਸ ਸੇਮ ਵੀ ਹੈਗੇ ਨੇ, ਅਤੇ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਹੈ। ਜਿਹੜੇ ਤੁਹਾਨੂੰ ਕੈਨੇਡਾ ਵਿੱਚ ਕਦੇ ਐਵੇਂ ਦੀ ਪ੍ਰੋਬਲਮ ਨਹੀਂ ਆਈ ਕਿ ਕਾਲਜ ਬਲੈਕ ਲਿਸਟ ਹੋਇਆ ਜਾਂ ਕਾਲਜਿਸ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ ਸਟੂਡੈਂਟਸ ਨੂੰ, ਬਹੁਤ ਵਧੀਆ ਫੈਸਿਲਿਟੀਜ਼ ਮਿਲ ਰਹੀਆਂ ਬੱਚਿਆਂ ਨੂੰ, ਅਤੇ ਨਾਲੇ ਸਟੂਡੈਂਟਸ ਜ਼ਰੂਰ ਇਹ ਵੇਖਦੇ ਨੇ ਕਿ ਹਾਂਜੀ ਅਸੀਂ, ਜਦੋਂ ਸਟੂਡੈਂਟ ਸਾਡੇ ਕੋਲ ਆਉਂਦਾ ਸਾਨੂੰ ਕਹਿੰਦਾ ਕਿ ਹਾਂਜੀ ਮੈਂ ਜਾਣਾ ਹੀ ਵੈਨਕੂਵਰ ਦੇ ਵਿੱਚ ਅਪਲਾਈ ਕਰਨਾ, ਅਤੇ ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿ ਉਹਨੂੰ ਅਗਰ ਉੱਥੇ ਸੀਟ ਮਿਲ ਰਹੀ ਹੈ, ਪਰ ਉਹਦੇ ਨਾਲ ਉਹਨੂੰ ਹੋਰ ਆਪਸ਼ਨਸ ਵੀ ਦਿੰਦੇ ਆ ਕਿ ਤੁਹਾਡੇ ਲਈ ਇਹ ਬੈਟਰ ਆਪਸ਼ਨ ਰਹੇਗੀ, ਉਸ ਤੋਂ ਬਾਅਦ ਬੱਚੇ ਦਾ ਅਪਲਾਈ ਕੀਤਾ ਜਾਂਦਾ। ਆਫਰ ਲੈਟਰ ਜਿਹੜਾ ਪ੍ਰੋਸੈਸ ਹੈਗਾ ਉਹ ਤਕਰੀਬਨ 10 to 15 ਦਿਨ ਦਾ ਹੈਗਾ, 10 to 15 ਡੇਜ਼ ਦੇ ਵਿੱਚ ਬੱਚੇ ਦੀ ਜਨਰਲ ਕੈਟੇਗਰੀ ਕੈਨੇਡਾ ਦੇ ਵਿੱਚ ਆਫਰ ਲੈਟਰ ਆ ਜਾਂਦੀ ਹੈ। SPP ਦੇ ਵਿੱਚ ਥੋੜਾ ਟਾਈਮ ਲੱਗਦਾ, 30 ਡੇਜ਼ ਦਾ ਪ੍ਰੋਸੈਸ ਹੈ SPP ਕੈਟੇਗਰੀ ਦੇ ਵਿੱਚ, ਤੇ ਜਨਰਲ ਦੇ ਵਿੱਚ ਇਹ ਜਿਹੜਾ 15-10 ਦਿਨ ਦਾ ਪ੍ਰੋਸੈਸ ਹੈ ਉਹਦੇ ਵਿੱਚ ਬੱਚੇ ਦੀ ਆਫਰ ਲੈਟਰ ਆਉਂਦੀ ਹੈ। ਆਫਰ ਲੈਟਰ ਆਉਣ ਤੋਂ ਬੱਚੇ ਨੂੰ ਦੱਸਿਆ ਆਉਂਦਾ ਹੀ ਜਿਹੜਾ ਇਹ ਕੋਰਸ ਹੈਗਾ, ਇੰਨੀ ਫੀਸ ਹੈ ਕੋਰਸ ਦੀ, ਇੰਨੇ ਡਿਊਰੇਸ਼ਨ ਦਾ ਕੋਰਸ ਹੈ, ਉਹ ਡਿਟੇਲ ਪਹਿਲਾਂ ਦੱਸੀ ਗਈ ਹੁੰਦੀ ਹੈ, ਪਰ ਇੱਕ ਜਿਹੜਾ ਪ੍ਰੂਫ ਹੋ ਜਾਂਦਾ ਕਿ ਬੱਚਾ ਪੂਰੀ ਡਿਟੇਲ ਸਟੱਡੀ ਕਰ ਲੈਂਦਾ, ਆਪਣੀ ਆਫਰ ਲੈਟਰ ਸਟੱਡੀ ਕਰ ਲੈਂਦਾ, ਤੇ ਉਸ ਤੋਂ ਬਾਅਦ ਬੱਚੇ ਦੀ ਫਿਰ ਫਾਈਲਿੰਗ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਂਦੀ ਹੈ। ਫਾਈਲ ਦੇ ਅਕੋਰਡਿੰਗ ਡਾਕੂਮੈਂਟਸ ਜਿਹੜੇ ਦੱਸੇ ਗਏ ਨੇ ਪਹਿਲਾਂ ਉਹ ਰੈਡੀ ਕੀਤੀ ਜਾਂਦੀ ਹੈ, ਤੇ ਜਨਰਲ ਕੈਟੇਗਰੀ ਦੇ ਵਿੱਚ ਜਿਹੜੀ ਫਿਰ SOP ਹੈ ਉਹ ਸਟੂਡੈਂਟ ਤੋਂ ਲਿਖਵਾਈ ਜਾਂਦੀ ਹੈ। ਕਿਤਨਾ ਕਿਤੇ ਅਗਰ ਕੰਸਲਟੈਂਟ SOP ਖੁਦ ਲਿਖਦਾ ਤਾਂ ਉਹਦੇ ਵਿੱਚ ਪ੍ਰੋਬਲਮ ਆ ਸਕਦੀ ਹੈ, ਬੱਚੇ ਨੂੰ ਖੁਦ ਆਪਣੀ SOP ਲਿਖਣੀ ਚਾਹੀਦੀ ਹੈ ਤਾਂ ਕਿ ਉਹਨੂੰ ਆਪਣੀ ਫਾਈਲ ਬਾਰੇ ਇੱਕ ਇੱਕ ਡਾਕੂਮੈਂਟ ਬਾਰੇ ਬਰੀਫ ਵਿੱਚ ਪਤਾ ਹੋਏ। ਜੀ, ਇਹਦੇ 'ਚ ਜਦੋਂ ਅਸੀਂ ਗੱਲ ਕਰਦੇ ਹਾਂ ਇੰਟਰਵਿਊ ਦੀ, ਜਾਂ ਜਿਹੜੇ ਇੰਟਰਵਿਊ ਜਿਹੜਾ ਕਾਲਜ ਕਈ ਵਾਰੀ ਲੈਂਦਾ ਵੀ ਜਿਹੜੇ ਬੱਚੇ ਦੇ ਬੈਂਡਸ ਘੱਟ ਨੇ, ਜਾਂ ਅੰਬੈਸੀ ਦੇ ਕੀ ਚਾਂਸਿਸ ਰਹਿੰਦੇ ਆ? ਸਰ, ਇੰਟਰਵਿਊ ਦਾ ਜਿਹੜਾ ਚਾਂਸ ਆ ਉਹ 1-2% ਹੈ, ਉਹ ਵੀ ਕਿਸ ਰੀਜ਼ਨ ਤੋਂ ਆਉਂਦਾ ਹੈ? ਅਗਰ ਇੰਬੈਸੀ ਨੂੰ ਡਾਊਟ ਹੁੰਦਾ ਹੈ ਕਈ ਵਾਰ ਪਾਸਪੋਰਟ ਦੀ ਫੋਟੋ ਦੇਖ ਕੇ ਕਿ ਬੱਚਾ ਨਹੀਂ, ਬੱਚੇ ਦੀ ਜਿਹੜੀ ਫੋਟੋ ਹੈ ਕਾਫੀ ਪੁਰਾਣੀ ਲੱਗੀ ਹੁੰਦੀ ਹੈ ਕਈ ਵਾਰ ਪਾਸਪੋਰਟ ਤੇ, ਤੇ ਮਤਲਬ ਕਿ ਪਹਿਲਾਂ ਜਾਂ ਤਾਂ ਬੱਚੇ ਨੇ ਟਰਬਨ ਰੱਖੀ ਹੁੰਦੀ ਹੈ, ਬਾਅਦ 'ਚ ਟਰਬਨ ਨਹੀਂ ਹੁੰਦੀ ਹੈ ਜਦੋਂ ਅਪਲਾਈ ਕਰ ਰਹੇ ਹੁੰਦੇ, ਕਈ ਵਾਰ ਹੁੰਦਾ ਕਿ ਕੋਈ ਪ੍ਰੋਬਲਮ ਕਰਕੇ, ਤੇ ਉਸ ਟਾਈਮ ਤੇ ਬੱਚੇ ਦਾ ਇੰਟਰਵਿਊ ਆ ਸਕਦਾ, ਜਾਂ ਫਿਰ ਰੀਜ਼ਨ ਹੁੰਦਾ ਕਿ ਤੁਸੀਂ ਆਪਣਾ ਜਿਹੜਾ ਹੈਗਾ ਕਾਫੀ ਟਾਈਮ ਪਹਿਲਾਂ ਪਿਕ ਖਿਚਵਾਈ ਸੀ, ਉਸ ਸਮੇਂ ਛੋਟੇ ਬੱਚੇ ਵਾਂਗੂ ਤੁਹਾਡਾ ਫੇਸ ਸੀਗਾ, ਤੇ ਇਸ ਟਾਈਮ ਤੁਸੀਂ ਥੋੜੇ ਮੈਚਿਓਰ ਲੱਗ ਰਹੇ ਹੋ, ਤੇ ਉਸ ਟਾਈਮ ਤੇ ਬੱਚੇ ਦਾ ਇੰਟਰਵਿਊ ਹੋ ਸਕਦਾ, ਉਹ ਵੀ ਸਿਰਫ ਇਹ ਵੇਖਣ ਲਈ ਕਿ ਬੱਚਾ ਜਾਨਵਰ ਹੈ ਕਿ ਨਹੀਂ। ਸੋ ਅਲੱਗ ਅਲੱਗ ਕਾਰਨ ਨੇ ਜੀ, ਇੰਟਰਵਿਊ ਹੋ ਵੀ ਸਕਦਾ, ਇਹ ਡਿਸੀਜਨ ਜਿਹੜਾ ਉਹ ਅੰਬੈਸੀ ਆਫੀਸਰ ਦਾ ਹੀ ਰਹੇਗਾ। ਬਟ ਇੱਕ ਚੀਜ਼ ਅਸੀਂ ਹਮੇਸ਼ਾ ਗੱਲ ਕਰਦੇ ਹਾਂ, ਬੱਚਾ ਘਰੋਂ ਅਵੇਅਰ ਹੋ ਕੇ ਆਵੇ, ਆਪਣਾ ਹੋਮਵਰਕ ਕਰਕੇ ਆਵੇ, ਰਿਸਰਚ ਕਰਕੇ ਆਵੇ, ਪਰ ਜਦੋਂ ਰਿਸਰਚ ਕਰਕੇ ਬੰਦਾ ਆਉਣਾ, ਹੁਣ ਜਸਲੀਨ ਜੀ ਨੇ ਇਸ ਤੋਂ ਪਹਿਲਾਂ ਇੱਕ ਜਵਾਬ ਦੇ ਵਿੱਚ ਕਿਹਾ ਸੀਗਾ ਵੀ ਕਈ ਬੱਚੇ ਘਰੋਂ ਸੋਚ ਕੇ ਆਉਂਦੇ ਨੇ ਟੋਰੋਂਟੋ ਜਾਣਾ, ਵੈਨਕੂਵਰ ਜਾਣਾ, ਉਹ ਚਲੋ ਸੋਚ ਕੇ ਆਉਣਾ ਵਧੀਆ ਗੱਲ ਹੈ, ਜੇ ਤੁਸੀਂ ਹੋਮਵਰਕ ਕੀਤਾ ਪ੍ਰੋਪਰਲੀ, ਉਹਦੇ ਕਾਲਜਿਸ ਬਾਰੇ ਪ੍ਰੋਪਰਲੀ ਸਟੱਡੀ ਕੀਤੀ ਹੈ, ਸਾਈਟਸ 'ਤੇ ਜਾ ਕੇ ਆਪਣੇ ਕੋਰਸਿਸ ਬਾਰੇ, ਰੈਲੇਵੈਂਟ ਕੋਰਸ ਬਾਰੇ। ਬਟ ਜੇ ਸਿਰਫ ਰੀਜ਼ਨ ਇਹ ਹੈ ਵੀ ਉੱਥੇ ਰਿਸ਼ਤੇਦਾਰ ਹੈ ਜੀ, ਕੋਰਸ ਕੋਈ ਵੀ ਦਵਾ ਦਿਓ ਬਟ ਕਾਲਜ ਉੱਥੇ ਨੇੜੇ ਹੋਣਾ ਚਾਹੀਦਾ, ਉਹ ਕਿਤੇ ਨਾ ਕਿਤੇ ਠੀਕ ਨਹੀਂ ਜਾਪਦਾ, ਕਿਉਂਕਿ ਉਹ ਕੰਪਰੋਮਾਈਜ਼ ਫਿਊਚਰ ਦੇ ਨਾਲ ਪ੍ਰੋਬਲਮ ਆਉਂਦੀ ਹੈ। ਕਿਉਂਕਿ ਦੇਖੋ ਜਦੋਂ ਸਟੂਡੈਂਟ ਸਾਡੇ ਕੋਲ ਆਉਂਦੇ ਆ, ਮੈਂ ਕਾਫੀ ਹੱਦ ਤੱਕ ਸਟੂਡੈਂਟ ਨੂੰ ਸਮਝਾਉਂਦੀ ਹਾਂ, ਕਾਫੀ ਸਟੂਡੈਂਟ ਸਮਝ ਵੀ ਜਾਂਦੇ ਆ ਇਸ ਚੀਜ਼, ਇਸ ਗੱਲ ਨੂੰ, ਕਿ ਜਦੋਂ ਅਸੀਂ ਸਟੂਡੈਂਟ ਨੂੰ ਦੱਸਦੇ ਕਿ ਦੇਖੋ ਤੁਹਾਨੂੰ ਕਾਲਜ ਮਿਲ ਜਾਏਗਾ ਤੁਹਾਡੇ ਰਿਲੇਟਿਵਸ ਦੇ ਕੋਲ, ਪਰ ਜਿਹੜਾ ਕਿ ਧਿਆਨ ਰੱਖਣ ਵਾਲੀ ਗੱਲ ਹੈ ਜਿਹੜੀ, ਉਹ ਹੈ ਕਿ ਤੁਸੀਂ ਜਿਸ ਕਾਲਜ 'ਚ ਜਾ ਰਹੇ ਹੋ, ਜਿਸ ਕੋਰਸ ਲਈ ਜਾ ਰਹੇ ਹੋ, ਉਸ ਕੋਰਸ ਤੋਂ ਰਿਲੇਟਡ ਕਿੱਥੇ ਕੰਪਨੀਜ਼ ਹੈਗੀਆਂ ਨੇ,
ਤੁਹਾਡੇ ਜਿਹੜੇ ਜਿਸ ਵੀ ਸਿਟੀ ਵਿੱਚ ਤੁਸੀਂ ਆਪਣੀ ਪੜ੍ਹਾਈ ਲਈ ਅਪਲਾਈ ਕਰਦੇ ਤੁਸੀਂ ਹਮੇਸ਼ਾ ਇਹ ਜ਼ਰੂਰ ਵੇਖੋ ਕਿ ਜਿਹੜੀ ਸਟੱਡੀ ਲਈ ਤੁਸੀਂ ਜਾ ਰਹੇ ਹੋ ਜਿਸ ਕੋਰਸ ਵਿੱਚ ਪੜ੍ਹਨ ਜਾ ਰਹੇ ਹੋ ਉਸ ਤੋਂ ਰਿਲੇਟਡ ਤੁਹਾਡੇ ਆਲੇ ਦੁਆਲੇ ਕਿੰਨਾ ਕੰਮ ਹੈਗਾ ਬਿਕਾਜ਼ ਜਿਹੜੇ ਤੁਸੀਂ 20 ਘੰਟੇ ਕੰਮ ਕਰਨੇ ਹੈਗੇ ਨੇ ਉਹ ਤੁਸੀਂ ਉੱਥੇ ਆਲੇ ਦੁਆਲੇ ਕਰਨੇ ਨੇ ਤੁਸੀਂ ਅਗਰ ਆਫਟਰ ਸਟੱਡੀ ਜਿਹੜਾ ਵਰਕ ਪਰਮਿਟ ਮਿਲਣਾ ਤੁਹਾਨੂੰ ਉਹ ਵੀ ਤੁਸੀਂ ਆਪਣਾ ਉੱਥੇ ਹੀ ਸੋਚੋ ਕਿ ਮੈਂ ਜੋਬ ਕਰਾਂ ਤੇ ਹਮੇਸ਼ਾ ਕੋਸ਼ਿਸ਼ ਕਰੋ ਕਿ ਤੁਸੀਂ ਜਿਹੜਾ ਕੋਰਸ ਲੈ ਕੇ ਜਾ ਰਹੇ ਹੋ ਉਸ ਤੋਂ ਹੀ ਰਿਲੇਵੈਂਟ ਆਪਣੇ ਜਿਹੜੇ 20 ਆਵਰਸ ਕੰਮ ਹੈ ਉਹ ਕਰੋ ਤੇ ਉਸ ਤੋਂ ਬਾਅਦ ਵਰਕ ਪਰਮਿਟ ਜਿਹੜਾ ਹੈ ਉਹ ਵੀ ਉਸ ਤੋਂ ਰਿਲੇਟਡ ਕਰੋ ਤੇ ਇਹ ਤਾਂ ਹੀ ਪੋਸੀਬਲ ਹੋ ਸਕਦਾ ਅਗਰ ਤੁਸੀਂ ਇੱਕ ਵਧੀਆ ਸਿਟੀ ਦੀ ਚੋਣ ਕਰਦੇ ਹੋ ਇਹਦੇ ਚ ਕੋਰਸਸ ਨੂੰ ਲੈ ਕੇ ਵੀ ਰਹਿੰਦਾ ਵੀ ਘੱਟੋ ਘੱਟ 2 ਸਾਲ ਦੇ ਕੋਰਸਸ ਹੋਣ ਤਾਂ ਫਿਰ ਉਸ ਤੋਂ ਬਾਅਦ 3 ਸਾਲ ਦਾ ਪੀਐਸਡਬਲਿਊ ਜਿਹੜਾ ਪੋਸਟਡ ਵਰਕ ਪਰਮਿਸ਼ਨ ਹੈ ਉਹ ਮਿਲੇਗੀ ਤਾਂ ਬੱਚੇ ਲਈ ਥੋੜੀ ਆਸਾਨੀ ਹੋ ਜਾਂਦੀ ਹੈ ਐਡਜਸਟ ਕਰਨਾ ਦੇਖੋ ਡਿਊਰੇਸ਼ਨ ਡਿਪੈਂਡ ਕਰਦੀ ਹੈ ਕਿ ਬੱਚੇ ਨੇ ਪ੍ਰੀਵੀਅਸ ਸਟੱਡੀਆਂ ਕੀਤੀ ਹੋਈ ਹੈ ਉਸ ਦੇ ਅਕੋਰਡਿੰਗ ਉਹਨੂੰ ਕੋਰਸ ਕਿਹੜਾ ਮਿਲ ਰਿਹਾ ਉਸ ਕੋਰਸ ਦੇ ਅਕੋਰਡਿੰਗ ਉਹਨੂੰ 1 ਸਾਲ ਦੀ ਡਿਊਰੇਸ਼ਨ ਵੀ ਮਿਲ ਸਕਦੀ ਹੈ 2 ਸਾਲ ਦੀ ਡਿਊਰੇਸ਼ਨ ਵੀ ਮਿਲ ਸਕਦੀ ਹੈ ਜਿਹੜੇ ਸਟੂਡੈਂਟਸ ਪਹਿਲਾਂ ਗਏ ਸੀ ਉਹ 1 ਸਾਲ ਵਾਲੇ ਡਿਊਰੇਸ਼ਨ ਵਾਲੇ ਬੱਚੇ ਵੀ ਸੈਟਲ ਹੋਏ ਨੇ 2 ਸਾਲ ਵਾਲੇ ਵੀ ਸੈਟਲ ਹੋਏ ਨੇ ਜਿਹੜੇ ਸੈਟਲ ਨਹੀਂ ਹੋਏ ਉਹ ਉਹਨਾਂ ਦੀ ਆਪਣੀ ਕੈਪੇਬਿਲਿਟੀ ਵੀ ਹੈਗੀ ਹੈ ਕਿ ਤੁਸੀਂ ਉੱਥੇ ਜਾ ਕੇ ਅਗਰ ਸਟੱਡੀ ਨਹੀਂ ਕਰ ਰਹੇ ਹੋ ਅਟੈਂਡੈਂਸ ਕੰਪਲੀਟ ਨਹੀਂ ਲਗਾ ਰਹੇ ਹੋ ਇਲੀਗਲ ਕੰਮ ਕਰ ਰਹੇ ਹੋ ਤੁਹਾਡਾ ਧਿਆਨ ਪੜ੍ਹਾਈ ਵੱਲ ਨਾ ਹੋ ਕੇ ਕੰਮ ਵੱਲ ਹੈ ਸਿਰਫ ਪੂਰਾ ਫਿਰ ਤੁਹਾਨੂੰ ਹੋ ਸਕਦਾ ਕਿ ਹਾਂਜੀ ਤੁਹਾਨੂੰ ਉੱਥੇ ਕਾਮਯਾਬੀ ਨਹੀਂ ਮਿਲੇਗੀ ਕਿਉਂਕਿ ਤੁਸੀਂ ਕਿਤੇ ਵੀ ਕਿਸੇ ਵੀ ਕੰਟਰੀ ਵਿੱਚ ਜਾਂਦੇ ਹੋ ਫਸਟ ਆਪਣਾ ਦਿਮਾਗ 'ਚ ਰੱਖ ਕੇ ਜਾਓ ਕਿ ਤੁਸੀਂ ਫਸਟ ਈਅਰ ਜਿਹੜਾ 1 ਸਾਲ ਹੈ ਉਹ ਕਮਾਈ ਵਿੱਚ ਨਾ ਧਿਆਨ ਦਿੰਦੇ ਹੋਏ ਪੜ੍ਹਾਈ ਵਿੱਚ ਜ਼ਿਆਦਾ ਧਿਆਨ ਦੇਣਾ ਤਾਂ ਹੀ ਤੁਸੀਂ ਅੱਗੇ ਕਾਮਯਾਬ ਹੋ ਪਾਓਗੇ ਜੀ ਬਿਲਕੁਲ ਪੜ੍ਹਾਈ ਨੂੰ ਹਮੇਸ਼ਾ ਪਹਿਲ ਦੇਣੀ ਹੈ ਜੀ ਹਮੇਸ਼ਾ ਜਿਹੜੇ ਸਾਡੇ ਐਕਸਪਰਟ ਹੈ ਤੁਹਾਡੇ ਤੱਕ ਸਾਂਝੇ ਕਰਦੇ ਨੇ ਜਸਲੀਨ ਜੀ ਵੀ ਉਹੀ ਕਹਿ ਰਹੇ ਨੇ ਪੜ੍ਹਾਈ ਨੂੰ ਪਹਿਲ ਦੇਣੀ ਪੈਣੀ ਹੈ ਤਾਂ ਹੀ ਕਿਤੇ ਕਾਮਯਾਬੀ ਦੇ ਰਾਹ ਤੇ ਆਪਾਂ ਪਹਿਲਾ ਜਿਹੜਾ ਆਪਣਾ ਪੜਾਅ ਹੈ ਉਹ ਸ਼ੁਰੂ ਕਰ ਸਕਦੇ ਹਾਂ ਸੋ ਕਾਫੀ ਬੱਚਿਆਂ ਦੀ ਕੁਐਰੀ ਸੀਗੀ ਜੇ ਜਨਰਲ ਦੇ ਵਿੱਚ ਜਾਣਾ ਚਾਹੁੰਦੇ ਨੇ ਕਿ ਜ਼ਰੂਰੀ ਹੈ ਵੀ ਯੂਨੀਵਰਸਿਟੀ ਹੀ ਚੂਜ਼ ਕਰਨੀ ਪਏਗੀ ਕਿਉਂਕਿ ਕਾਫੀ ਏਜੰਟਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਵੀ ਜੇ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਂਦੇ ਹੋ ਤਾਂ ਜਨਰਲ 'ਚ ਵੀਜ਼ਾ ਲੱਗੇਗਾ ਕਾਲਜ ਦੇ ਵਿੱਚ ਨਹੀਂ ਲੱਗਦਾ ਇਹ ਵੀ ਫਰਕ ਰਿਹਾ ਕੋਈ ਜਸਲੀ ਵਿੱਚ ਦੇਖੋ ਜਨਰਲ ਦੇ ਵਿੱਚ ਅਗਰ ਤੁਸੀਂ ਯੂਨੀਵਰਸਿਟੀ ਲਈ ਅਪਲਾਈ ਕਰਨਾ ਤੁਹਾਡੇ ਬੈਂਡਸ ਘੱਟੋ ਘੱਟ 6 ਬੈਂਡ ਹੋਣੇ ਚਾਹੀਦੇ ਨੇ ਜਨਰਲ ਕੈਟਾਗਰੀ ਵਿੱਚ ਤੇ ਕਦੇ ਵੀ ਐਵੇਂ ਨਹੀਂ ਹੈ ਕਿ ਤੁਸੀਂ ਯੂਨੀਵਰਸਿਟੀ ਵਿੱਚ ਅਪਲਾਈ ਕਰ ਰਹੇ ਹੋ ਵੀਜ਼ਾ ਨਹੀਂ ਆਏਗਾ ਵੀਜ਼ਾਸ ਆਉਂਦੇ ਨੇ ਯੂਨੀਵਰਸਿਟੀ ਵੀ ਕਹਿੰਦੇ ਆਏਗਾ ਕਾਲਜ ਕਹਿੰਦੇ ਵੀ ਘੱਟ ਆਉਂਦਾ ਨਹੀਂ ਕਾਲਜ ਦੇ ਵੀ ਵੀਜ਼ਾਸ ਆਉਂਦੇ ਨੇ ਯੂਨੀਵਰਸਿਟੀ ਦੇ ਵੀਜ਼ਾਸ ਆਉਂਦੇ ਨੇ ਜਿਹੜੇ ਕਿ ਉਹਨਾਂ ਦੇ ਰਿਕੁਆਇਰਮੈਂਟਸ ਆ ਉਹਦੇ ਅਕੋਰਡਿੰਗ ਤੁਹਾਡੇ ਵੀਜ਼ਾਸ ਆਉਂਦੇ ਨੇ ਅਗਰ ਤੁਸੀਂ ਰਿਕੁਆਇਰਮੈਂਟ ਫੁਲਫਿਲ ਕਰਦੇ ਹੋ ਯੂਨੀਵਰਸਿਟੀ ਜੋ ਰਿਕੁਆਇਰਮੈਂਟ ਮੰਗੀ ਗਈ ਆ ਉਹ ਫੁਲਫਿਲ ਕਰੋਗੇ ਤੁਹਾਡਾ ਵੀਜ਼ਾ ਜ਼ਰੂਰ ਆਏਗਾ ਕਿਤੇ ਵੀ ਇਹ ਪ੍ਰੋਬਲਮ ਨਹੀਂ ਹੈ ਕਿ ਯੂਨੀਵਰਸਿਟੀ ਵਿੱਚ ਜ਼ਿਆਦਾ ਵੀਜ਼ੇ ਆ ਰਹੇ ਆ ਕਾਲਜ 'ਚ ਘੱਟ ਆ ਰਹੇ ਆ ਕਾਲਜ 'ਚ ਜ਼ਿਆਦਾ ਰਹੇ ਯੂਨੀਵਰਸਿਟੀ ਵਿੱਚ ਘੱਟ ਆ ਰਹੇ ਨੇ ਡਿਪੈਂਡ ਕਰੋ ਤੁਹਾਡੀ ਫਾਈਲ ਕਿੰਨੀ ਸਟਰੋਂਗ ਬਣੀ ਆ ਉਹਨਾਂ ਨੂੰ ਪੜ੍ਹਨ ਵਾਲੇ ਬੱਚੇ ਚਾਹੀਦੇ ਨੇ ਜਿਹੜੇ ਉੱਥੇ ਅੱਗੇ ਸਟੱਡੀ ਕਰਨਗੇ ਤੇ ਜਿਹੜੇ ਜੈਨੂਇਨ ਸਟੂਡੈਂਟ ਹੈਗੇ ਨੇ ਅਗਰ ਤੁਹਾਡੀ ਫਾਈਲ ਉਸ ਅਕੋਰਡਿੰਗ ਹੁੰਦੀ ਹੈ ਤੁਹਾਨੂੰ ਜ਼ਰੂਰ ਵੀਜ਼ਾ ਮਿਲਦਾ ਹੈ ਦੂਜੀ ਗੱਲ ਹੈ ਤੁਸੀਂ ਅਗਰ ਦੇਖੋ ਤਾਂ ਤੁਸੀਂ ਇੱਥੇ ਪੜ੍ਹਨ ਜਾ ਰਹੇ ਹੋ ਤਾਂ ਇੱਕ ਅੰਬੈਸੀ ਅਗਰ ਤੁਹਾਡੇ ਤੋਂ ਫੰਡਸ ਰਿਕੁਆਇਰਮੈਂਟ ਮੰਗਦੀ ਹੈ ਉਹ ਕਿਸੇ ਵੀ ਕੈਟਾਗਰੀ ਵਿੱਚ ਫੰਡਸ ਮੰਗਦੀ ਹੈ ਉਹਨਾਂ ਦੀ ਫੰਡਸ ਦੀ ਰਿਕੁਆਇਰਮੈਂਟ ਮੰਗਣ ਦਾ ਜਿਹੜਾ ਕਾਰਨ ਹੁੰਦਾ ਉਹ ਸਿਰਫ ਇਹੀ ਕਾਰਨ ਹੁੰਦਾ ਕਿ ਉਹਨਾਂ ਨੇ ਦੇਖਣਾ ਹੁੰਦਾ ਕਿ ਤੁਸੀਂ ਅਗਰ ਉੱਥੇ ਪੜ੍ਹਨ ਆ ਰਹੇ ਹੋ ਆਪਣਾ ਖਰਚਾ ਅਫੋਰਡ ਕਰ ਪਾਓਗੇ ਅਗਰ ਤੁਹਾਡੇ ਕੋਲ ਪੇਰੈਂਟਸ ਕੋਲ ਇੱਥੇ ਫੰਡਸ ਨਹੀਂ ਹੈਗੇ ਨੇ ਤੇ ਉਹ ਬਾਹਰ ਤੁਹਾਨੂੰ ਕਿਵੇਂ ਪੈਸੇ ਭੇਜਣਗੇ ਪਾਕਟ ਵੀ ਅਲਾਉ ਕਰਦੀ ਹੈ ਕਿ ਪਾਕਟ ਵੀ ਅਲਾਉ ਕਰਦੀ ਨਹੀਂ ਕਿਉਂਕਿ ਅਗਰ ਤੁਹਾਡੇ ਕੋਲ ਪੈਸੇ ਨਹੀਂ ਹੋਣਗੇ ਤੁਸੀਂ ਉੱਥੇ ਜਾ ਕੇ ਆਫਕੋਰਸ ਇਲੀਗਲ ਕੰਮ ਕਰੋਗੇ ਸਿਰਫ ਕੰਮ ਵੱਲ ਧਿਆਨ ਦੋਗੇ ਪੜ੍ਹਾਈ ਨਹੀਂ ਕਰੋਗੇ ਤੇ ਇਹ ਕਾਫੀ ਗੱਲਾਂ ਧਿਆਨ ਰੱਖਣਾ ਹੁੰਦਾ ਜੀ ਬਿਲਕੁਲ ਸੋ ਜਨਰਲ ਦੇ ਜਿਹੜੇ ਵੀਜ਼ਾਸ ਨੇ ਉਹਨਾਂ ਦੇ ਰਿਕੁਆਇਰਮੈਂਟਸ ਨੂੰ ਲੈ ਕੇ ਵੀ ਮਨ ਦੇ ਵਿੱਚ ਕੋਈ ਸਵਾਲ ਹੈ ਪਲੈਨਟ ਬੁਲਸ ਨਾਲ ਤੁਸੀਂ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ ਸਕਸੈਸ ਰੇਟ ਨੂੰ ਲੈ ਕੇ ਕਿੰਨਾ ਕੁ ਫਰਕ ਹੈ ਜੇ ਐਸਪੀਪੀ ਦੇ ਡਿਫਰੈਂਟ ਨਾਲ ਗੱਲ ਕਰੀਏ ਦੇਖੋ ਐਸਪੀਪੀ ਦੇ ਵਿੱਚ ਜਿਹੜਾ ਸਕਸੈਸ ਰੇਟ ਹੈ ਉਹ ਤੁਸੀਂ ਜਿਵੇਂ ਦੱਸਿਆ ਕਿ 70% ਹੈਗਾ ਵੀਜ਼ਾਸ ਦਾ ਇਸ ਟਾਈਮ ਤੇ ਅਗਰ ਅਸੀਂ ਜਨਰਲ ਦੀ ਗੱਲ ਕਰਦੇ ਹਾਂ 50% ਜਿਹੜਾ ਹੈਗਾ ਸਕਸੈਸ ਰੇਟ ਹੈਗਾ ਬਟ ਅਗਰ ਬੱਚੇ ਦੀ ਫਾਈਲ ਵਧੀਆ ਬਣੀ ਹੋਈ ਹੈ ਆਈਲੈਸ ਬੈਂਡ 5.5 ਹੈਗੇ ਨੇ ਗੈਪ ਜ਼ਿਆਦਾ ਨਹੀਂ ਹੈ ਤੇ ਬੱਚੇ ਦਾ 99% ਵੀਜ਼ਾ ਆਉਂਦਾ ਹੈ ਪਲੈਨਟ ਨੇ ਜਿਹੜੇ ਹੁਣ ਤੱਕ ਵੀਜ਼ਾਸ ਲਏ ਨੇ ਜਨਰਲ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੋਫਾਈਲ ਸੀਗੀਆਂ ਜਿਨ੍ਹਾਂ ਨੂੰ ਵੀਜ਼ਾਸ ਮਿਲੇ ਦੇਖੋ ਬੀਟੈਕ ਵਾਲੇ ਸਟੂਡੈਂਟ ਜਿਨ੍ਹਾਂ ਦਾ ਇੰਟਰਵਿਊ ਕਰਵਾਇਆ ਸੀਗਾ ਮੈਂ ਇੱਥੇ ਹੋਰ ਵੀ ਐਵੇਂ ਦੇ ਬਹੁਤ ਬੱਚੇ ਸੀਗੇ ਬੀਟੈਕ ਵਾਲੇ ਉਹਨਾਂ ਦੇ ਬੀਟੈਕ ਕੀਤੇ ਸੀਗੇ ਉਸ ਤੋਂ ਬਾਅਦ 1-2 ਸਾਲ ਦੇ ਗੈਪ ਸੀਗੇ ਤੇ 5.5 ਬੈਂਡ ਸੀਗੇ ਤੇ ਉਸ ਤੋਂ ਬਾਅਦ ਬੱਚਿਆਂ ਦੇ ਵੀਜ਼ਾਸ ਲੱਗੇ ਨੇ ਜਿਹੜੇ ਸਟੂਡੈਂਟ ਨੇ ਪਲੱਸ 2 ਕੀਤੀ ਹੋਈ ਸੀਗੀ ਗੈਪ ਨਹੀਂ ਸੀਗਾ 5.5 ਬੈਂਡ ਸੀ ਉਹਨਾਂ ਬੱਚਿਆਂ ਦੇ ਵੀਜ਼ਾਸ ਲੱਗੇ ਜਿਨ੍ਹਾਂ ਸਟੂਡੈਂਟ ਦਾ ਪ੍ਰੋਫਾਈਲ ਸੀਗਾ ਕਿ ਹਾਂਜੀ ਗ੍ਰੈਜੂਏਸ਼ਨ ਕੀਤੀ ਸੀ ਉਸ ਤੋਂ ਬਾਅਦ 3 ਸਾਲ ਜੋਬ ਕੀਤੀ ਹੋਈ ਸੀਗੀ ਪਰ ਜਿਹੜੀ ਜੋਬ ਕੀਤੀ ਸੀ ਉਹਦੀ ਪ੍ਰੋਪਰਲੀ ਸਾਰੀ ਡਿਟੇਲ ਸੀ ਜੋ ਸੈਲਰੀ ਸਲਿਪ ਸੀਗੀਆਂ ਤੇ ਉਹ 3 ਸਾਲ ਦਾ ਗੈਪ ਨਹੀਂ ਮੰਨਿਆ ਗਿਆ ਤਾਂ ਜੋਬ ਐਕਸਪੀਰੀਅੰਸ ਮੰਨਿਆ ਗਿਆ ਉਹਨਾਂ ਬੱਚਿਆਂ ਦੇ ਵੀ ਵੀਜ਼ਾਸ ਆਏ ਨੇ ਤੇ ਮਤਲਬ ਪ੍ਰੋਫਾਈਲ ਜਿਹੜੇ ਕਿ ਰਿਫਿਊਜ਼ਲ ਵਾਲੇ ਬੱਚੇ ਸੀਗੇ ਉਹਨਾਂ ਦੇ ਵੀ ਵੀਜ਼ਾਸ ਆਏ ਨੇ ਪ੍ਰੋਫਾਈਲ ਕਈ ਵਾਰ ਅਸੀਂ ਖੁਦ ਹੈਰਾਨ ਹੁੰਦੇ ਸੀਗੇ ਜਿੱਥੇ ਸਾਨੂੰ ਲੱਗਦਾ ਸੀ ਕਿ ਬੱਚੇ ਦੇ ਸਾਡੇ 6 ਬੈਂਡਸ ਹੈਗੇ ਨੇ ਬਹੁਤ ਵਧੀਆ ਪ੍ਰੋਫਾਈਲ ਹੈ ਉੱਥੇ ਵੀ ਕੈਨੇਡਾ ਨੇ ਰਿਫਿਊਜ਼ਲ ਦੇ ਦੀ ਤੇ ਜਿੱਥੇ ਸਾਨੂੰ ਲੱਗਦਾ ਸੀ ਕਿ ਹਾਂਜੀ 50-50 ਚਾਂਸ ਆ ਉੱਥੇ ਬੱਚਿਆਂ ਦੇ ਵੀਜ਼ਾਸ ਆਏ ਨੇ
ਉਹ ਥੋੜਾ ਲੈਂਥੀ ਹੈ ਜੇ ਅਸੀਂ ਗੱਲ ਕਰੀਏ ਘੱਟੋ ਘੱਟ 50 ਤੋਂ 60 ਦਿਨ ਦਾ ਪ੍ਰੋਸੈਸ ਹੈਗਾ ਇਹਦੇ ਵਿੱਚ ਮੈਂ ਸੰਡੇ ਸੈਟਰਡੇ ਇਨਕਲੂਡ ਕਰ ਰਹੀ ਹਾਂ ਤੇ 50 ਤੋਂ 60 ਡੇਜ਼ ਦਾ ਪ੍ਰੋਸੈਸ ਹੈ ਕਿਉਂਕਿ ਦੇਖੋ ਬੱਚੇ ਜਦੋਂ ਆਫਰ ਲੈਟਰ ਆਉਂਦੀ ਹੈ 15 ਤੋਂ 20 ਦਿਨ ਦੇ ਵਿੱਚ ਆਫਰ ਲੈਟਰ ਆਏਗੀ ਤੁਹਾਡੀ ਉਹ ਆਫਰ ਲੈਟਰ ਆਉਣ ਤੋਂ ਬਾਅਦ ਬੱਚੇ ਦੀ ਜਿਹੜੀ ਹੈਗੀ ਹੈ ਸੀਓਈ ਆਉਂਦੀ ਹੈ ਸੀਓਈ ਆਉਣ ਦੇ ਲਈ ਬੱਚੇ ਦੀ ਵੈਰੀਫਿਕੇਸ਼ਨ ਹੁੰਦੀ ਹੈ ਬੱਚਿਆਂ ਦੇ ਇੰਟਰਵਿਊਜ਼ ਵੀ ਹੋ ਸਕਦੇ ਨੇ ਜਿਹੜੇ ਕਿ ਅਸੀਂ ਬੱਚਿਆਂ ਨੂੰ ਪ੍ਰਿਪਰੇਸ਼ਨ ਕਰਵਾਉਂਦੇ ਨੇ ਜੋ ਕਿ ਨਾਰਮਲ ਹੁੰਦੇ ਆ ਜਸਟ ਪੁੱਛਾ ਤੁਹਾਡਾ ਕੋਰਸ ਕਿਹੜਾ ਤੁਸੀਂ ਆਪਣੀ ਕਾਲਜ ਜਿਹੜੀ ਫੀਸ ਆ ਆਫਰ ਲੈਟਰ ਫੀਸ ਆ ਤੁਸੀਂ ਪੇ ਕੀਤੀ ਹੈ ਤੇ ਆਪਣਾ ਤੁਸੀਂ ਕਿੰਨੀ ਫੀਸ ਪੇ ਕੀਤੀ ਹੈ ਕਿਹੜੇ ਕੋਰਸ ਵਿੱਚ ਜਾ ਰਹੇ ਹੋ ਸਿਰਫ ਇਹ 4-5 ਕੁਐਸਚਨਸ ਬੱਚਿਆਂ ਨੂੰ ਪੁੱਛੇ ਜਾਂਦੇ ਆ ਤੇ ਉਸ ਤੋਂ ਬਾਅਦ ਬੱਚਿਆਂ ਦੇ ਜਿਹੜੀ ਸੀਓਈ ਆਉਂਦੀ ਹੈ ਤੇ ਇਹਦੇ ਵਿੱਚ ਜਿਹੜਾ ਡਾਕੂਮੈਂਟੇਸ਼ਨ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਜੇ ਬੱਚਿਆਂ ਨੂੰ ਕਾਲਜ ਵੱਲੋਂ ਕਾਲ ਆਉਂਦੀ ਹੈ ਸਿਰਫ ਇਹ ਵੈਰੀਫਾਈ ਕੀਤਾ ਜਾਂਦਾ ਕਿ ਹਾਂਜੀ ਸਟੂਡੈਂਟ ਜਿਹੜਾ ਹੈਗਾ ਇਹ ਅਪਲਾਈ ਕਰਨਾ ਚਾਹੁੰਦਾ ਹੈ ਜਾਣਾ ਚਾਹੁੰਦਾ ਆਸਟ੍ਰੇਲੀਆ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਸੀਓਈ ਦਾ ਪ੍ਰੋਸੈਸ ਆ ਉਹ ਲੱਗ ਜਾਂਦਾ ਇੱਕ ਘੱਟੋ ਘੱਟ 15-20 ਦਿਨ ਦਾ ਉਹਦਾ ਪ੍ਰੋਸੈਸ ਹੋ ਜਾਂਦਾ ਮਤਲਬ ਟੋਟਲ ਆਫਰ ਲੈਟਰ ਤੋਂ ਲੈ ਕੇ ਸੀਓਈ ਤੱਕ ਦੀ ਅਸੀਂ ਗੱਲ ਕਰੀਏ 30 ਡੇਜ਼ ਦਾ ਪ੍ਰੋਸੈਸ ਹੋ ਜਾਂਦਾ ਹੈ ਕਾਫੀ ਇਹਦੇ ਵਿੱਚ ਇਹ ਵੀ ਹੈ ਜਿਵੇਂ ਐਡਵਰਟਾਈਜ਼ਮੈਂਟ ਹੁੰਦੀਆਂ ਨੇ ਵੀ ਆਫਰ ਲੈਟਰ 2 ਦਿਨ ਚ ਲੈ ਲਓ 4 ਦਿਨ ਚ ਲੈ ਲਓ ਕਈ ਵਾਰੀ ਆਫਰ ਲੈਟਰ ਆ ਜਾਂਦੀ ਹੈ ਸੀਓਈ ਨਹੀਂ ਆਉਂਦੀ ਸੀਓਈ ਦੇਖੋ ਇਹ ਦੋਨੋਂ ਹੀ ਇੰਪੋਰਟੈਂਟ ਹੈ ਤੁਹਾਡੀ ਆਫਰ ਲੈਟਰ ਆਉਣਾ ਵੀ ਜ਼ਰੂਰੀ ਹੈ ਤੇ ਸੀਓਈ ਆਉਣਾ ਵੀ ਬਹੁਤ ਜ਼ਰੂਰੀ ਹੈ ਤੇ ਇਹ ਡਾਕੂਮੈਂਟ ਦੋਨੋਂ ਆਉਣ ਤੋਂ ਬਾਅਦ ਤੁਹਾਡੀ ਫਾਈਲ ਅੱਗੇ ਪ੍ਰਿਪੇਅਰ ਹੁੰਦੀ ਹੈ ਤੇ ਸੀਓਈ ਆਉਣ ਤੋਂ ਬਾਅਦ ਤੁਸੀਂ ਸੋਚ ਸਕਦੇ ਹੋ ਕਿ ਹਾਂਜੀ ਤੁਹਾਡਾ ਜਿਹੜਾ 100% ਜਿਹੜਾ ਹੈ ਕਾਲਜ ਦੇ ਵਿੱਚ ਐਡਮਿਸ਼ਨ ਹੋ ਗਿਆ ਐਸਵੀਪੀ ਜਦੋਂ ਸ਼ੁਰੂ ਕੀਤਾ ਕਾਫੀ ਵਾਰੀ ਸਮਝਾਇਆ ਵੀ ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸ ਹੈ ਜਿਹਦੇ ਅੰਡਰ ਜੀਟੀ ਕ੍ਰਾਈਟੇਰੀਆ ਜੈਨੂਇਨ ਟੈਂਪਰੇਰੀ ਐਂਟਰੈਂਟ ਜੇ ਸਮਝਣ ਦੀ ਕੋਸ਼ਿਸ਼ ਕਰੀਏ ਵਰਡ ਟੂ ਵਰਡ ਜੈਨੂਇਨ ਟੈਂਪਰੇਰੀ ਐਂਟਰੈਂਟ ਜੈਨੂਇਨ ਕਿਹੜਾ ਸਟੂਡੈਂਟ ਗਿਣਦੇ ਹੋ ਜਿਹਨੂੰ ਆਸਟ੍ਰੇਲੀਆ ਕਹਿੰਦਾ ਵੀ ਇਹ ਜੀਟੀ ਦੇ ਅੰਡਰ ਆਉਂਦਾ ਜੈਨੂਇਨ ਕੀ ਹੈ ਜਿਹੜੇ ਬੱਚੇ ਨੇ ਪਲੱਸ 2 ਪਾਸ ਕਰ ਲਈ ਹੈ ਉਸ ਤੋਂ ਕੋਈ ਗੈਪ ਨਹੀਂ ਹੈ 50% ਤੋਂ ਅਬਵ ਮਾਰਕਸ ਹੈਗੇ ਨੇ ਤੇ ਆਪਣਾ ਜਿਹੜੇ ਬੈਂਡਸ ਹੈਗੇ ਨੇ ਉਹ ਬੱਚੇ ਦੇ 6 ਬੈਂਡਸ ਹੈਗੇ ਨੇ ਇਹ ਬੱਚੇ ਜਿਹੜੇ ਹੈਗੇ ਨੇ ਆਪਣਾ ਐਸਵੀਪੀ ਲਈ ਅਪਲਾਈ ਕਰ ਸਕਦੇ ਨੇ ਜਿਹੜੇ ਕਿ ਜੈਨੂਇਨ ਸਟੂਡੈਂਟ ਮੰਨੇ ਗਏ ਨੇ ਤੇ ਜਿਹੜੇ ਜੇ ਅਗਰ ਅਸੀਂ ਗੱਲ ਕਰਦੇ ਹਾਂ ਜਨਰਲ ਕੈਟਾਗਰੀ ਆਸਟ੍ਰੇਲੀਆ ਦੀ ਉਹਦੇ ਵਿੱਚ ਵੀ ਬੱਚਾ ਅਪਲਾਈ ਕਰ ਸਕਦਾ ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹਾਂਜੀ ਕੁਝ ਰਿਲੈਕਸੇਸ਼ਨ ਦਿੱਤੀ ਗਈ ਹੈ ਕਿ ਅਗਰ ਬੱਚੇ ਦੇ ਪਲੱਸ 2 ਜਿਹੜੀ ਪਾਸ ਹੋਣ ਤੋਂ ਬਾਅਦ 1-1.5 ਸਾਲ ਦਾ ਗੈਪ ਹੈ ਤਾਂ ਵੀ ਬੱਚਾ ਅਪਲਾਈ ਕਰ ਸਕਦਾ ਸਟੂਡੈਂਟ ਅਪਲਾਈ ਕਰ ਸਕਦਾ ਅਗਰ ਸਟੂਡੈਂਟ ਦੇ ਬੈਂਡਸ 5.5 ਹੈਗੇ ਨੇ ਘੱਟ ਨੇ 6 ਬੈਂਡ ਤੋਂ ਤਾਂ ਵੀ ਬੱਚਾ ਜਨਰਲ ਕੈਟਾਗਰੀ ਵਿੱਚ ਅਪਲਾਈ ਕਰ ਸਕਦਾ ਇੱਕ ਰਿਲੈਕਸੇਸ਼ਨ ਦਿੱਤੀ ਗਈ ਹੈ ਐਸਵੀਪੀ ਤੋਂ ਬਾਅਦ ਜਨਰਲ ਕੈਟਾਗਰੀ ਆਸਟ੍ਰੇਲੀਆ ਦੇ ਵਿੱਚ ਸੇਮ ਐਸ ਜਿਵੇਂ ਕੈਨੇਡਾ ਦੇ ਵਿੱਚ ਹੈਗਾ ਤੇ ਅਗਰ ਅਸੀਂ ਪਲੈਨਟ ਬੁੱਲ ਦੀ ਗੱਲ ਕਰ ਰਹੇ ਆਪਣੀ ਕੰਪਨੀ ਦੇ ਕਰ ਮੈਂ ਗੱਲ ਕਰਦੀ ਹਾਂ ਤੇ ਅਸੀਂ ਜਨਰਲ ਤੇ ਐਸਵੀਪੀ ਐਸਪੀਪੀ ਕੈਟੇਗਰੀ ਸਾਰੀ ਕਰ ਰਹੇ ਹਾਂ ਇਸ ਟਾਈਮ ਤੇ ਬੱਚਾ ਨਾ ਜਿੱਥੇ ਸਾਨੂੰ ਲੱਗਦਾ ਕਿ ਹਾਂਜੀ ਸਾਨੂੰ ਅਗਰ ਲੱਗ ਰਿਹਾ ਕਿ 50% ਬੱਚੇ ਦਾ ਅਗਰ ਬੱਚੇ ਆਪਣਾ ਅਪਲਾਈ ਨਹੀਂ ਕਰ ਪਾ ਰਿਹਾ ਉਹਦਾ ਰਿਫਿਊਜ਼ਲ ਆਇਆ ਸੀਗਾ ਜਾਂ ਉਹਦੇ ਚਾਂਸ ਹੀ ਨਹੀਂ ਹੈ ਕਿ ਹਾਂਜੀ ਉਹ ਐਸਵੀਪੀ ਵਿੱਚ ਅਪਲਾਈ ਕਰ ਸਕਦਾ ਅਸੀਂ ਕੋਸ਼ਿਸ਼ ਦੇਖਦੇ ਹਾਂ ਕਿ ਹਾਂਜੀ ਅਗਰ ਇਹਦੇ 50% ਵਿੱਚ ਚਾਂਸ ਆ ਤਾਂ ਅਸੀਂ ਜ਼ਰੂਰ ਬੱਚੇ ਦਾ ਅਪਲਾਈ ਕਰਵਾਈਏ ਵਿੱਚ ਸਬ ਕਲਾਸਿਸ ਦਾ ਫਰਕ ਆ ਜਾਂਦਾ 573 572 ਹਾਂਜੀ ਬਿਲਕੁਲ ਸਬ ਕਲਾਸਿਸ ਦਾ ਫਰਕ ਆਂਦਾ ਹੈ ਤੇ ਨਾਲ ਹੀ ਦੇਖੋ ਅਗਰ ਕੋਈ ਬੱਚਾ ਕਈ ਵਾਰ ਹੁੰਦਾ ਸਟੂਡੈਂਟ ਜਿਵੇਂ ਮੈਡੀਕਲ ਪ੍ਰੋਬਲਮ ਕਰਕੇ ਗੈਪ ਹੋ ਜਾਂਦਾ ਕਈ ਵਾਰ ਬੱਚੇ ਦੀ ਫਾਈਨੈਂਸ਼ਲੀ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ ਤੇ ਉਹ ਜੌਬ ਕਰਦਾ ਹੈ ਵਧੀਆ ਸੈਲਰੀ ਲੈ ਰਿਹਾ ਹੁੰਦਾ ਤੇ ਉਸ ਤੋਂ ਬਾਅਦ ਉਹਨੂੰ ਪ੍ਰੋਬਲਮ ਨਹੀਂ ਹੁੰਦੀ ਅਪਲਾਈ ਕਰਨਾ ਹੁੰਦਾ ਸਟੂਡੈਂਟ ਨੇ ਤੇ ਕਾਫੀ ਗੱਲਾਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਬੱਚੇ ਅਪਲਾਈ ਕਰਦੇ ਨੇ ਮੇਰੇ ਕੋਲ ਇੱਕ ਸਟੂਡੈਂਟ ਸੀਗੇ ਜਿਹੜੇ ਕਿ ਆਪਣਾ ਜਦੋਂ ਉਹਨਾਂ ਨੇ ਆਪਣਾ ਅਪਲਾਈ ਕੀਤਾ ਸੀਗਾ ਉਸ ਟਾਈਮ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਤੇ ਉਹਨਾਂ ਨੇ ਉਸ ਟਾਈਮ ਤੇ ਅਪਲਾਈ ਨਹੀਂ ਕੀਤਾ ਤੇ ਆਫਟਰ 2 ਇਅਰ ਆਪਣੀ 2 ਸਾਲ ਜੌਬ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਡਿਸੀਜਨ ਲਿੱਤਾ ਹੁਣ ਅਪਲਾਈ ਕਰਨ ਦਾ ਤੇ ਇੱਕ ਜੈਨੂਇਨ ਪ੍ਰੋਬਲਮ ਸੀਗੇ ਕਿ ਉਸ ਟਾਈਮ ਤੇ ਉਹ ਨਹੀਂ ਮਤਲਬ ਸਮਝ ਸਕੇ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿਵੇਂ ਨਹੀਂ ਜਿਵੇਂ ਹੁਣ ਉਸ ਤੋਂ ਬਾਅਦ ਜਦੋਂ ਜੀਪੀਐਫ ਫੰਡਸ ਵਗੈਰਾ ਉਹਦੇ ਮਦਰ ਦੇ ਨਾਮ ਹੋਏ ਜਿਹੜੇ ਕਿ ਆਪਣੀ ਅਕਾਊਂਟ ਡਿਟੇਲ ਰੈਡੀ ਕਰ ਸਕੇ ਫੰਡਸ ਰੈਡੀ ਕਰ ਸਕੇ ਉਸ ਤੋਂ ਉਹਨਾਂ ਨੇ ਅਪਲਾਈ ਕੀਤਾ ਤੇ ਇੱਕ 2 ਸਾਲ ਦਾ ਜਿਹੜਾ ਗੈਪ ਸੀਗਾ ਉਹਨਾਂ ਨੇ ਐਸਵੀਪੀ ਦੇ ਵਿੱਚ ਆਪਣੀ ਡਿਟੇਲ ਕਲੀਅਰ ਲਿਖੀ ਸੀਗੀ ਤੇ ਬੱਚੇ ਦਾ ਵੀਜ਼ਾ ਆਇਆ ਉਸ ਤੋਂ ਬਾਅਦ ਤੇ ਜੈਨੂਇਨ ਅਗਰ ਪ੍ਰੋਬਲਮ ਹੈ ਤਾਂ ਬੱਚਾ ਜ਼ਰੂਰ ਆਪਣੀ ਡਿਟੇਲ ਲਾ ਕੇ ਐਸਓਪੀ ਬਣਾ ਜਿਹੜੀ ਹੁੰਦੀ ਹੈ ਉਹਦੇ ਵਿੱਚ ਡਿਟੇਲ ਲਿਖ ਕੇ ਆਪਣਾ ਅਪਲਾਈ ਕਰ ਸਕਦਾ ਆਸਟ੍ਰੇਲੀਆ 'ਚ ਐਸਵੀਪੀ ਤੇ ਜਨਰਲ ਜਿਹੜੀ ਸਬ ਕਲਾਸ ਹੈ ਉਹ ਕਿਹੜੀ ਆਉਂਦੀ ਹੈ ਤੇ ਉਹਦੇ 'ਚ ਫਰਕ ਕੀ ਰਹੇਗਾ ਦੇਖੋ 572 ਔਰ 573 ਦੇਖੋ ਦੋਨੋਂ ਹੀ ਜਿਹੜੇ ਸਬ ਕਲਾਸਿਸ ਹੈ ਇਹਨਾਂ ਦੇ ਰੂਲਸ ਹੈਗੇ ਨੇ ਸਿਰਫ ਕਿ ਹਾਂਜੀ ਕਿਤੇ ਕਿਤੇ ਇੱਕ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਹਮੇਸ਼ਾ ਕਹਿੰਦੇ ਕੁਆਲਿਟੀ ਵਾਈਜ਼ ਸਟੂਡੈਂਟ ਲੈਂਦੇ ਨੇ ਕਿ ਹਾਂਜੀ ਜਿੱਥੇ ਉਹਨਾਂ ਨੂੰ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕਰਦੇ ਆ ਕਿਸੇ ਵੀ ਗੈਪ ਨਾਲ ਕਿਤੇ ਵੀ ਆਈਲੈਸ ਬੈਂਡ ਘੱਟ ਹੋਣ ਨਾਲ ਉਹ ਉਹਨਾਂ ਦੀ ਜਿਹੜੀ ਡਿਮਾਂਡ ਹੁੰਦੀ ਹੈ 6 ਬੈਂਡ ਵਿਦਆਊਟ ਗੈਪ ਬੱਚਾ ਔਰ ਅੱਛੀ ਪਰਸੈਂਟੇਜ ਵਾਲਾ ਬੱਚਾ ਐਸਵੀਪੀ ਦੇ ਵਿੱਚ ਅਪਲਾਈ ਕਰੇ ਤੇ ਇੱਕ ਜਿਹੜੀ ਅਸੀਂ ਕਹਿੰਦੇ ਆ ਸਬ ਕਲਾਸ ਉਹਦੇ ਵਿੱਚ ਓਕੇ ਮੰਗ ਰਹੇ ਨੇ ਕਿ ਹਾਂਜੀ ਅਗਰ ਬੱਚੇ ਨੇ ਪਲੱਸ 2 ਪਾਸ ਕੀਤੀ ਹੈ 1-2 ਸਾਲ ਦਾ ਗੈਪ ਹੈਗਾ 5.5 ਬੈਂਡ ਹੈਗੇ ਨੇ ਉਹ ਬੱਚੇ ਵੀ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਨੇ ਪਰ ਐਲੀ ਲਾ ਕੇ ਤਾਂ 5-6 ਬੈਂਡ ਦੇ ਨਾਲ ਉਹ ਐਸਵੀਪੀ ਦੇ ਵਿੱਚ ਵੀ ਅਪਲਾਈ ਹੋ ਰਿਹਾ ਹੈ ਹਾਂਜੀ ਪਰ ਅਗਰ ਜਿਹੜੀ ਅਗਰ ਐਲੀ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਐਲੀ ਦੇ ਵਿੱਚ ਜਿਹੜੀ ਕਿ 5.5 ਨਾਲ ਇੱਕ ਅੱਛੇ ਕਾਲਜਸ ਨਹੀਂ ਮਿਲ ਰਹੇ ਨੇ ਅਗਰ ਅਸੀਂ ਐਸਵੀਪੀ ਦੀ ਗੱਲ ਕਰ ਰਹੇ ਹਾਂ ਤੇ ਘਟ ਜਾਂਦੀ ਹੈ ਜਿਹੜੀ ਆਪਸ਼ਨਸ ਘਟ
ਜਿਹੜਾ ਤੁਹਾਨੂੰ ਲੱਗ ਰਿਹਾ ਸਾਡਾ ਕੇਸ ਬਿਲਕੁਲ ਹੀ ਜਿਹੜਾ ਕਿ ਐਸਓਪੀ ਦੇ ਅੰਡਰ ਨਹੀਂ ਹੈ। ਤੁਸੀਂ ਸੋਚ ਰਹੇ ਮੈਂ ਹੈਲੀਕੋਰਸ ਲਗਾ ਲਿਆ ਪਰ ਮੈਂ ਗੈਪ ਕਵਰ ਨਹੀਂ ਕਰ ਪਾਇਆ। ਡਾਕੂਮੈਂਟੇਸ਼ਨ ਤੁਹਾਡੀ ਜਿਹੜੀ ਹੈਗੀ ਹੈ ਉਹ ਐਸਪੀਪੀ ਦੇ ਦੁਆਰਾ ਰੈਡੀ ਹੋ ਰਹੀ ਹੈ। ਜਦੋਂ ਫਾਈਲ ਜਿਹੜੀ ਇੰਬੈਸੀ ਵਿੱਚ ਜਾਂਦੀ ਹੈ ਉਹ ਨੋਨ ਐਸਪੀਪੀ ਮੰਨੀ ਜਾਂਦੀ ਹੈ ਕਿ ਹਾਂਜੀ ਐਸਪੀਪੀ ਦੇ ਅੰਡਰ ਨਹੀਂ ਹੈ, ਜਨਰਲ ਦੇ ਵਿੱਚ ਆਈ ਹੈ, ਤਾਂ ਵੀ ਤੁਹਾਨੂੰ ਗੜਬੜ ਹੋ ਸਕਦੀ ਹੈ, ਪ੍ਰੋਬਲਮ ਆ ਸਕਦੀ ਹੈ। ਫੰਡਸ ਨੂੰ ਲੈ ਕੇ ਕੀ ਫਰਕ ਹੈ ਦੋਨਾਂ ਦੇ ਵਿੱਚ? ਫੰਡਸ ਜਿੱਥੇ ਤੱਕ ਹੈਗੇ ਨੇ ਆਪਣਾ ਜਨਰਲ ਕੈਟਾਗਰੀ ਦੇ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜੇ ਫੰਡਸ ਤੁਹਾਨੂੰ ਦਿਖਾਉਣੇ ਪੈਣਗੇ। ਜੇ ਕੋਰਸ ਦੀ ਡਿਊਰੇਸ਼ਨ ਦੀ ਗੱਲ ਕਰੀਏ ਤਾਂ 1 ਸਾਲ ਦਾ ਜਿਵੇਂ ਕੋਰਸ ਹੈ, ਤੁਸੀਂ 15 ਤੋਂ 16 ਲੱਖ ਰੁਪਏ ਦਿਖਾ ਕੇ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹੋ। ਤੇ ਅਗਰ ਕੋਰਸਿਸ ਤੁਹਾਡੇ ਡਿਗਰੀ ਵਾਲਾ ਤੁਸੀਂ ਕੋਰਸ ਲੈ ਰਹੇ ਹੋ, ਕੋਈ ਹੋਰ ਕੋਰਸ ਲੈ ਰਹੇ ਹੋ, ਉਹਦੇ ਜ਼ਿਆਦਾ ਜਿਹੜਾ 22 ਤੋਂ 24 ਲੱਖ ਰੁਪਏ ਦਿਖਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਜਿਵੇਂ ਹੁਣ ਸਬ ਕਲਾਸ ਦੇ ਵਿੱਚ ਫਰਕ ਹੈ, ਇੰਸਟੀਚਿਊਟ, ਕਾਲਜ, ਕੋਰਸਿਸ, ਇਹਨਾਂ ਦੇ ਵਿੱਚ ਵੀ ਕੋਈ ਫਰਕ ਆਏਗਾ? ਨਹੀਂ, ਕਾਲਜਸ ਤੁਹਾਨੂੰ ਗਵਰਨਮੈਂਟ ਰਿਕੋਗਨਾਈਜ਼ਡ ਹੀ ਮਿਲਣਗੇ ਤੇ ਨਾਲ ਹੀ ਕੁਝ ਕੋਰਸਿਸ ਹੈਗੇ ਨੇ ਜਿਵੇਂ ਕਿ ਐਗਰੀਕਲਚਰ ਦੇ, ਅਸੀਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਬੱਚਿਆਂ ਕੋਲ ਇੱਕ ਆਪਸ਼ਨ ਹੈ ਆਸਟ੍ਰੇਲੀਆ ਦੇ ਵਿੱਚ ਕਿ ਐਗਰੀਕਲਚਰ ਕੋਰਸ ਲਈ ਅਪਲਾਈ ਕਰ ਸਕਦੇ ਨੇ। ਐਗਰੀਕਲਚਰ ਦੀ ਅਗਰ ਅਸੀਂ ਗੱਲ ਕਰ ਰਹੇ ਹਾਂ ਤੇ ਉਹਦੇ ਵਿੱਚ ਕਾਫੀ ਕੁਝ ਆ ਜਾਂਦਾ ਕਿ ਬੱਚਾ ਜਿਹੜੇ ਕਿ ਆਪਣੀ ਇੱਥੇ ਦੀ ਟੈਕਨੀਕਲ ਖੇਤੀ ਹੈ ਜਿਹੜੀ ਆਸਟ੍ਰੇਲੀਆ ਦੀ, ਉਸ ਤਰ੍ਹਾਂ ਦਾ ਜਿਹੜਾ ਕੋਰਸ ਐਗਰੀਕਲਚਰ ਤੋਂ ਰਿਲੇਟਡ ਜਿਹੜੇ ਸਟੂਡੈਂਟ ਇੱਥੇ ਆਪਣੇ ਪੇਰੈਂਟਸ ਨਾਲ ਹੈਲਪ ਕਰ ਰਹੇ ਕਿਸਾਨੀ ਕੰਮ ਦੇ ਵਿੱਚ, ਉਹਨਾਂ ਲਈ ਬਹੁਤ ਅੱਛੀ ਆਪਸ਼ਨ ਹੈ। ਜਾਂ ਜਿਹੜੇ ਸਟੂਡੈਂਟ ਆਪਣਾ ਬੀਏ ਕੀਤੇ ਹੋਏ ਸਟੂਡੈਂਟ ਹੈਗੇ ਨੇ, +2 ਆਰਟਸ ਵਾਲੇ ਬੱਚੇ ਨੇ, ਉਹ ਆਪਣਾ ਇਸ ਸਮੇਂ ਐਗਰੀਕਲਚਰ ਦੇ ਕੋਰਸ ਲਈ ਅਪਲਾਈ ਕਰ ਸਕਦੇ ਨੇ। ਆਸਟ੍ਰੇਲੀਆ ਦੇ ਵਿੱਚ ਐਗਰੀਕਲਚਰ ਦੀ ਜਿਹੜੀ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਐਗਰੀਕਲਚਰ ਜਿਹੜੇ ਕੋਰਸਿਸ ਆ ਉਹਨਾਂ ਦਾ ਬੈਨੀਫਿਟ ਸਟੂਡੈਂਟਸ ਨੂੰ ਅੱਗੇ ਜਾ ਕੇ ਬਹੁਤ ਜ਼ਿਆਦਾ ਹੋਏਗਾ। ਤੇ ਅਗਰ ਅਸੀਂ ਗੱਲ ਕਰਦੇ ਹਾਂ ਐਗਰੀਕਲਚਰ ਦੀ ਤਾਂ ਐਗਰੀਕਲਚਰ ਵਿੱਚ ਸਿਰਫ ਖੇਤੀਬਾੜੀ ਨਹੀਂ, ਇੰਪੋਰਟ ਐਕਸਪੋਰਟ ਦਾ ਸਾਰਾ ਟੂਲਸ ਦੀ ਨੌਲੇਜ, ਖੇਤੀਬਾੜੀ ਦਾ ਕਿਵੇਂ ਦਾ ਇਨਵਾਇਰਮੈਂਟ ਹੋਣਾ ਚਾਹੀਦਾ ਹੈ, ਕਿਸ ਅਕੋਰਡਿੰਗ ਤੁਹਾਨੂੰ ਦੇਖਣਾ ਚਾਹੀਦਾ ਕਿੱਥੇ ਕਿਹੜੀ ਫਸਲ ਲਾਣੀ ਚਾਹੀਦੀ ਹੈ, ਉਹ ਸਾਰੀ ਜਿਹੜੀ ਸਟੱਡੀ ਤੁਹਾਨੂੰ ਉੱਥੇ ਕਰਾਈ ਜਾਂਦੀ ਹੈ। ਇਹਦੇ ਵਿੱਚ ਜਿਹੜਾ ਬੈਕਗ੍ਰਾਉਂਡ ਹੋਣਾ ਜਾਂ ਸਬਜੈਕਟ ਹੋਣਾ ਵੀ ਜ਼ਰੂਰੀ ਰਹੇਗਾ ਐਗਰੀਕਲਚਰ? ਨਹੀਂ, ਇਹਦੇ ਵਿੱਚ ਹੈ ਕਿ ਬੱਚਾ ਅਗਰ ਆਰਟਸ ਵਾਲਾ ਬੱਚਾ ਅਪਲਾਈ ਕਰ ਸਕਦਾ, ਸਬਜੈਕਟ ਕੋਈ ਜ਼ਰੂਰੀ ਨਹੀਂ ਹੈ ਐਗਰੀਕਲਚਰ, ਸਬਜੈਕਟ ਕੋਈ ਜ਼ਰੂਰੀ ਨਹੀਂ ਹੈ ਕਿ ਹਾਂਜੀ ਇਹ ਸਬਜੈਕਟ ਹੋਣਾ ਜ਼ਰੂਰੀ ਹੈ, ਕਿ ਮੈਥ ਜ਼ਰੂਰੀ ਚਾਹੀਦਾ ਹੈ ਕਿਉਂਕਿ ਮੈਥ ਦੀ ਡਿਮਾਂਡ ਹੁੰਦੀ ਹੈ ਕਿ ਹਾਂਜੀ ਅਗਰ ਤੁਸੀਂ ਕੁਝ ਕੋਰਸਿਸ ਲੈ ਰਹੇ ਹੋ ਜਿਵੇਂ ਕਿ ਆਪਣਾ ਇੰਜੀਨੀਅਰਿੰਗ ਕੋਰਸਿਸ ਲੈ ਰਹੇ ਹੋ, ਸਿਵਲ ਇੰਜੀਨੀਅਰਿੰਗ ਲੈ ਰਹੇ ਹੋ ਜਾਂ ਆਪਣਾ ਕੋਈ ਬਿਜ਼ਨਸ ਕੋਰਸ ਲਾ ਰਹੇ ਹੋ ਤਾਂ ਮੈਥਮੈਟਿਕ ਦੀ ਡਿਮਾਂਡ ਮੰਗੀ ਜਾਂਦੀ ਹੈ, ਬਟ ਐਗਰੀਕਲਚਰ ਦੇ ਵਿੱਚ ਐਵੇਂ ਦੀ ਕੋਈ ਸਬਜੈਕਟ ਡਿਮਾਂਡ ਨਹੀਂ ਮੰਗੀ ਗਈ। ਏਰੀਆਜ਼ ਜਾਂ ਇਨਟੇਕ ਕਿਹੜਾ ਰਹੇਗਾ ਇਹਨਾਂ ਦੇ ਵਿੱਚ? ਤੁਹਾਨੂੰ ਇਨਟੇਕ ਜਿਹੜੇ ਏਰੀਆਜ਼ ਮਿਲ ਜਾਣਗੇ, ਏਰੀਆਜ਼ ਵਿੱਚ ਕੋਈ ਐਵੇਂ ਦੀ ਪ੍ਰੋਬਲਮ ਨਹੀਂ। ਆਸਟ੍ਰੇਲੀਆ ਦੇ ਮੋਸਟਲੀ ਜਿਹੜੇ ਹੈਗੇ ਨੇ ਜਿਹੜੇ ਕੋਰਸ ਕਾਲਜਸ ਹੈਗੇ ਨੇ, ਪਲਾਨ ਬੁਲਸ ਕੋਲ ਟਾਈਅਪਸ ਹੈਗੇ ਨੇ, ਅਸੀਂ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਮੋਸਟਲੀ ਜਿੰਨੇ ਗਵਰਨਮੈਂਟ ਕਾਲਜ ਹੈਗੇ ਨੇ, ਗਵਰਨਮੈਂਟ ਰਿਕੋਗਨਾਈਜ਼ਡ ਕਾਲਜ ਹੈਗੇ ਨੇ, ਉਹਨਾਂ ਨਾਲ ਟਾਈਅਪ ਕੀਤਾ ਹੋਇਆ ਤੇ ਉਹਦੇ ਵਿੱਚ ਕੋਈ ਐਵੇਂ ਦੀ ਪ੍ਰੋਬਲਮ ਨਹੀਂ ਆਏਗੀ। ਤੁਹਾਨੂੰ ਕਾਲਜਸ ਵਧੀਆ ਮਿਲ ਜਾਣਗੇ, ਕੋਰਸਿਸ ਵੀ ਮਿਲ ਜਾਣਗੇ, ਪਰ ਇਹ ਜ਼ਰੂਰ ਵੇਖਣਾ ਪਏਗਾ ਕਿ ਤੁਹਾਡੇ ਜਿਹੜੇ ਕੋਰਸ ਹੈਗੇ ਨੇ ਉਸ ਟਾਈਮ ਤੱਕ ਕਿੰਨੀ ਸੀਟਸ ਹੈਗੀਆਂ ਨੇ ਕਾਲਜਸ ਵਿੱਚ। ਅਗਰ ਸੀਟਸ ਨਹੀਂ ਹੋਣਗੀਆਂ ਤਾਂ ਅਸੀਂ ਤੁਹਾਡਾ ਐਡਮਿਸ਼ਨ ਨਹੀਂ ਕਰਾ ਪਾਵਾਂਗੇ, ਸੀਟਸ ਦੇ ਅਕੋਰਡਿੰਗ ਅਸੀਂ ਤੁਹਾਨੂੰ ਕਾਲਜ ਦੱਸ ਸਕਦੇ ਹਾਂ। ਜਦੋਂ ਕਾਫੀ ਦੇਰ ਤੋਂ ਅਸੀਂ ਨਿਗਾਹ ਮਾਰਦੇ ਤਾਂ ਪਲੈਨਟ ਬੋਲਸ ਐਗਰੀਕਲਚਰ ਪ੍ਰੋਗਰਾਮ ਨੂੰ ਪ੍ਰਮੋਟ ਕਰਦਾ ਆ ਰਿਹਾ, ਜੇ ਸਟੂਡੈਂਟਸ ਦੀ ਗੱਲ ਕਰੀਏ ਕਿਸ ਤਰ੍ਹਾਂ ਦੇ ਸਟੂਡੈਂਟਸ ਇਹਦੇ ਵਿੱਚ ਇੰਟਰਸਟ ਦਿਖਾ ਰਹੇ ਨੇ, ਜਿਨ੍ਹਾਂ ਨੇ ਅਪਲਾਈ ਕੀਤਾ ਹੈ, ਜਾਂ ਕਿਸ ਤਰ੍ਹਾਂ ਦੀ ਪ੍ਰੋਫਾਈਲ ਦਾ ਵੀਜ਼ਾ ਆਇਆ ਹੈ, ਪ੍ਰੋਪਰਲੀ ਫੀਡਬੈਕ ਜੋ ਰਹੀ ਹੈ ਉਹ ਕਿੱਦਾਂ ਦੀ ਹੈ? ਸਰ ਦੇਖੋ ਬਹੁਤ ਵਧੀਆ ਫੀਡਬੈਕ ਰਹੀ ਹੈ ਸਾਡੇ ਕੋਲ, ਕਿਉਂਕਿ ਦੇਖੋ ਕਾਫੀ ਬੱਚੇ ਸੀਗੇ ਜਿਹੜੇ ਸਟੂਡੈਂਟ ਸਾਨੂੰ ਆ ਕੇ ਦੱਸ ਰਹੇ ਸੀਗੇ ਕਿ ਸਾਨੂੰ ਕਾਫੀ ਇਮੀਗ੍ਰੇਸ਼ਨ ਨੇ ਮਨਾ ਕਰਤਾ ਕਿ ਹਾਂਜੀ ਤੁਸੀਂ ਅਪਲਾਈ ਨਹੀਂ ਕਰ ਸਕਦੇ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ 5.5 ਬੈਂਡ ਦੇ ਨਾਲ, ਤੁਹਾਡੀ ਰਿਫਿਊਜ਼ਲ ਹੀ ਆਣੀ ਹੈ। ਤੇ ਬੱਚਿਆਂ ਦੇ ਦਿਮਾਗ ਕਾਫੀ ਹੱਦ ਤੱਕ ਸਾਡੇ ਕੋਲ ਵੀ ਇੱਕ ਡਰ ਕੇ ਅਪਲਾਈ ਕਰਨਾ ਕਿ ਕਿਤੇ ਸਾਡਾ ਰਿਫਿਊਜ਼ਲ ਹੀ ਨਾ ਆ ਜਾਏ, ਤੇ ਬੱਚਿਆਂ ਨੂੰ ਸਮਝਾਉਣਾ, ਦੱਸਣਾ, ਸਾਰੀ ਕੈਟਾਗਰੀ ਡਿਟੇਲ ਵਿੱਚ ਦੱਸਣੀ, ਦਿਖਾਈ ਗਈ ਪੀਸੀ ਦੇ ਥਰੂ ਕਿ ਹਾਂਜੀ ਇਹ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਜਨਰਲ ਕੈਟਾਗਰੀ ਦੀ ਤੇ ਬੱਚਿਆਂ ਨੂੰ ਦਿਖਾਈ ਗਈ, ਆਹ ਦੇਖੋ ਵੀਜ਼ਾਸ ਆਏ ਨੇ ਤੇ ਇਹ ਰਿਕੁਆਇਰਮੈਂਟਸ ਹੈਗੀਆਂ ਨੇ ਐਮਬੈਸੀਆਂ ਦੀ, ਤੇ ਸਟੂਡੈਂਟਸ ਕਾਫੀ ਜਿਹੜੇ ਸਟੂਡੈਂਟ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਸੀ, ਡਿਗਰੀ ਕੀਤੀ ਹੋਈ ਸੀ, ਉਹ ਸਟੂਡੈਂਟ ਦੇ ਦਿਮਾਗ 'ਚ ਡਰ ਕਿ 5.5 ਨਾਲ ਮੇਰਾ ਵੀਜ਼ਾ ਆ ਜਾਏਗਾ, ਤੇ ਜਦੋਂ ਬੱਚਿਆਂ ਦੇ ਵੀਜ਼ਾਸ ਆਏ ਉਸ ਟਾਈਮ ਤੇ ਸਟੂਡੈਂਟ ਦਾ ਵਿਸ਼ਵਾਸ ਸੀਗਾ ਅੱਖਾਂ ਵਿੱਚ ਨਜ਼ਰ ਆ ਰਿਹਾ ਸੀਗਾ, ਜਿਹੜਾ ਸਟੂਡੈਂਟਸ ਨੂੰ ਬਾਕੀ ਜਗ੍ਹਾ ਤੋਂ ਜਵਾਬ ਮਿਲ ਚੁੱਕਿਆ ਸੀ ਉਹਨਾਂ ਨੂੰ ਵੀਜ਼ਾਸ ਮਿਲੇ? ਬਿਲਕੁਲ, ਤੇ ਕਾਫੀ ਹੱਦ ਤੱਕ ਜਿਹੜੇ ਬੱਚੇ ਬਹੁਤ ਨੈਗੇਟਿਵ ਸੀਗੇ ਤੇ ਉਹ ਜਦੋਂ ਉਹਨਾਂ ਦੇ ਵੀਜ਼ਾਸ ਆਏ ਉਹ ਬਹੁਤ ਵਧੀਆ ਲੱਗਿਆ ਕਿ ਹਾਂਜੀ ਉਹਨਾਂ ਦੇ ਥਰੂ ਜਿਹੜੇ ਕਿਸ ਤਰ੍ਹਾਂ ਦੀ ਪ੍ਰੋਫਾਈਲ ਸੀਗੀਆਂ ਜਸਲੀਨ, ਜਿਨ੍ਹਾਂ ਨੂੰ ਜਵਾਬ ਦਿੱਤਾ ਗਿਆ ਸੀ ਵੀ ਨਹੀਂ ਤੁਹਾਡਾ ਨਹੀਂ ਅਪਲਾਈ ਹੋ ਸਕਦਾ ਜਾਂ ਨਹੀਂ ਵੀਜ਼ਾ ਆਏਗਾ? ਜਿਨ੍ਹਾਂ ਬੱਚਿਆਂ ਨੇ ਜਿਵੇਂ ਕਿ ਜੌਬ ਕਰ ਰਹੇ ਸੀਗੇ 2 ਸਾਲ ਤੋਂ, ਜੌਬ ਐਕਸਪੀਰੀਅੰਸ ਸੀਗਾ, ਉਹਨਾਂ ਨੂੰ ਮਨਾ ਕੀਤਾ ਗਿਆ 5.5 ਨਾਲ ਤੁਹਾਡਾ ਅਪਲਾਈ ਨਹੀਂ ਹੋ ਪਾਏਗਾ ਕਿ ਗ੍ਰੈਜੂਏਸ਼ਨ ਵੀ ਤੁਸੀਂ ਕੀਤੀ ਹੋਈ ਹੈ, ਡਿਗਰੀ ਕੀਤੀ ਹੋਈ ਹੈ ਤੁਸੀਂ, ਤੇ ਮੋਸਟਲੀ ਸਟੂਡੈਂਟ ਕਹਿੰਦੇ ਨੇ ਮਤਲਬ ਕਿ ਇੱਕ ਰੀਜ਼ਨ ਹੋਰ ਵੀ ਹੈ ਨਾ ਕਰਨ ਦਾ, ਜਿਹੜਾ ਜਨਰਲ ਕੈਟੇਗਰੀ ਹੈ ਉਹਦੇ ਲਈ ਐਕਸਪਰਟ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਨਰਲ ਕੈਟੇਗਰੀ ਦੀ ਜਿਹੜੀ ਫਾਈਲਿੰਗ ਹੈਗੀ ਹੈ ਉਹ ਬਹੁਤ ਸਟਰੋਂਗ ਹੁੰਦੀ ਹੈ ਤੇ ਬਹੁਤ ਸਟਰੋਂਗ ਤਰੀਕੇ ਨਾਲ ਲਾਣੀ ਬਹੁਤ ਜ਼ਰੂਰੀ ਹੈ, ਤੇ ਜਨਰਲ ਕੈਟੇਗਰੀ ਦੀ ਜਿਹੜੀ ਫਾਈਲਿੰਗ ਹੈ ਮੈਂ ਕਹਾਂਗੀ ਟਫ ਫਾਈਲ
कोई भी कैटेगरी अगर एम्बेसी लॉन्च कर रही है, एम्बेसी कर दी कि हाँ जी ये अप्लाई तुसी कर सकते हो, तो वीजा भी आ सकता है, पर उस अकॉर्डिंग फाइल रेडी करना बहुत जरूरी है जी। सो एक एक्सपर्ट का होना बहुत जरूरी है जी, चाहे वो फाइलिंग लई तुहानू सही कैरियर काउंसलिंग देने लई, कोर्स का सुझाव देने लई, या सही हर तरीके का गाइड करने लई। एक जरूर रिसर्च करके अपना एक्सपर्ट जिहड़ा चूज करो, उस तो बाद अपने कोर्सेज बारे भी प्रॉपरली होमवर्क करके एक प्रॉपरली सर्च करके अपने कंसल्टेंट तक विजिट करो। ये कंसल्टेंट नूं भी वधिया लगता जो बच्चा करो एक प्रॉपरली रिसर्च करके आउंदा, एक होमवर्क करके आउंदा, ते उहदे विच जिहड़ा कंसल्टेंट है वह भी इंट्रस्ट दिखाउंदा भी बच्चे नूं सही गाइड किया जाए, एक सीरियस स्टूडेंट है। सो सिर्फ पहुँच महत जाण दी जिहड़ी इच्छा ना रखी जाए, प्रॉपरली स्टडी वीज़ा ते स्टूडेंट वीज़ा ते जे जा रहे हो, पढ़न की एक इच्छा के नाल एक एम के नाल जाया जाए, पहल स्टडी नूं दित्ती जाए, तो जिहड़ा कामयाब हुंदा स्टूडेंट दा रस्ता है वह थोड़ा आसान हो जाता है। सो अज दे शो दे विच कोशिश की गई है जी कैनेडा नूं लैके ते आस्ट्रेलिया नूं लैके डिस्कस करन दी। कोई मन दे विच सवाल ऐसा रह गया होवे जो असीं नहीं सांझा कर पाए, तुसीं सिद्धा भी राबता जसलीन नाल उहनां दी टीम दे नाल कर सकदे हो, नंबरां ते कॉल करके मैसेज करके एड्रैस ते विजिट करके। शो दा समां नहीं अलाउ कर रहा डिस्कशन अगे वधाउण दा, इजाजत लवांगा जसलीन तों। जसलीन जी बहुत बहुत धन्नवाद तुहाडा अज दे शो दे विच आउण लई, ते खासकर धन्नवाद सारे दर्शकों का जिन्होंने बहुत प्यार भरे साडे तक सवाल भेजे। अगों भी इस तरह की उम्मीद रखांगे ते नवे टॉपिक्स लैके फिर तुहाडे अगे हाजिर होंदे रहांगे। अज्ज शो नूं इत्थे खत्म करदे आं, अपने दोस्तों मने दिओ इजाजत, सत श्री अकाल।